ਹੁੰਦਾ ਟੋਫੀ ਤਾਂ ਨਹੀਂ ਖਾਂਦਾ ਰਹਿੰਦਾ ਯਾਰ ਮੇਰੀ ਮਰਜ਼ੀ ਟੋਫੀ ਖਾਂਦਾ ਵਾ ਤੇ ਤੇਰੀ ਜਾਦੀ ਕੋਈ ਮਰਜ਼ੀ ਚੱਲਦੀ ਵਾ ਹੱਥ ਚਲਾਕੀ ਬਸ ਯਾਰ ਅੰਬਾ ਦੱਸ ਮੈਂ ਉਹਨੂੰ ਕਿਤੇ ਉਹਦਾ ਸਿਰ ਪਾੜਦਾ ਵਾ ਬਾਕੀ ਦਾ ਫੋਨ ਆਉਂਦਿਆਂ ਵਿੱਚ ਮੇਰੇ ਕਮਰੇ ਚੋਂ ਮੇਰਾ ਸਮਾਨ ਨੀ ਕਿਸੇ ਨੇ ਵੀ ਛੇੜਦਾ ਤੇਰੇ ਜਾਣ ਦੇ ਮਗਰੋਂ ਕਿੰਨੇ ਸਾਲ ਗੁਜ਼ਾਰ ਗਏ ਆ ਸਾਡੇ ਯੂਟਿਊਬ ਚੈਨਲ ਦੇ ਵਿਚ ਜਿਹਦਾ ਨਾਂ ਤੁਹਾਨੂੰ ਸਾਰਿਆਂ ਨੂੰ ਪਤਾ ਗਗਨ ਲਾਲੀ ਵਲੌਗਸ ਅਫੀਸ਼ੀਅਲ ਯੂਟਿਊਬ ਚੈਨਲ ਸੋ ਬਾਬਿਓ ਵਲੌਗ ਚ ਕਰਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੋਰ ਸੁਣਾਓ ਸਾਰੇ ਜਣੇ ਠੀਕ ਠਾਕ ਸਵੇਰ ਤੇ ਵੱਜ ਗਏ 4:30 ਉਹ ਪਿੱਛੇ ਟਾਈਮ ਹੋਣ ਡਿਆ ਹੋਣਾ ਸਵੇਰ ਦੇ 4:30 ਵੱਜ ਗਏ ਆ ਹੁਣੇ ਵਲੌਗ ਐਡਿਟ ਕੀਤਾ ਵਲੌਗ ਹੁੰਦਾ ਇਹ ਕਾਫੀ ਪੁਰਾਣਾ ਵਾ ਪਰ ਐਡੀਟਿੰਗ ਹੁਣ ਕੀਤਾ ਵਾ ਅਤੇ ਐਡਿਟ ਕਰਕੇ ਮੈਂ ਕਿਹਾ ਅਪਲੋਡ ਕਰ ਦਈਏ ਪੁਰਾਣਾ ਸਾਰਾ ਕੁਝ ਇਕੱਠਾ ਇਕੱਠਾ ਕਰਕੇ ਆਪਾਂ ਅਪਲੋਡ ਕਰਤਾ ਪਰ ਇਹ ਵਲੌਗ ਤੁਹਾਨੂੰ ਵਧੀਆ ਲੱਗੂਗਾ ਸਟਾਰਟਿੰਗ ਵਾਲੀ ਕਲਿੱਪ ਆਪਾਂ ਗਏ ਸੀਗੇ ਗੁਰਦੁਆਰਾ ਅੜੀਸਰ ਸਾਹਿਬ ਦਰਸ਼ਨ ਕਰਨ ਸੋ ਉਦੋਂ ਛੋਟਾ ਜਿਹਾ ਵਲੌਗ ਬਣਾਇਆ ਸੀਗਾ ਅਤੇ ਇਹ ਕਲਿੱਪ ਬਣਾ ਮੈਨੂੰ ਬੜੀ ਪਸੰਦ ਮੈਂ ਜਦੋਂ ਐਡਿਟ ਕੀਤੀ ਨਾ ਤਾਂ ਮੈਨੂੰ ਬੜਾ ਹਾਸਾ ਆਇਆ ਇਹ ਕਲਿੱਪ ਬਣਾਉਣ ਲੱਗੇ ਠੀਕ ਆ ਇਹ ਤੁਹਾਨੂੰ ਵੀ ਵਧੀਆ ਲੱਗੂਗੀ ਇਹਦੇ ਵਿੱਚ ਨਾ ਇੱਕ ਚੀਜ਼ ਬੜੀ ਕੋਮਨ ਜੀ ਆ ਮੇਰੀ ਅਤੇ ਰਾਜੂ ਦੀ ਲੜਾਈ ਠੀਕ ਆ ਤੁਸੀਂ ਸਾਰੇ ਜਣੇ ਜਦੋਂ ਵਲੌਗ ਦੇਖੋਗੇ ਨਾ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਵੀ ਸਾਰੇ ਜਣੇ ਐਵੇਂ ਲੜਦੇ ਹੁੰਦੇ ਆ ਹੈ ਨਾ ਜਦੋਂ ਤੁਹਾਡੀ ਛੋਟੀ ਭੈਣ ਹੈ ਨਾ ਤੁਹਾਡਾ ਕੋਈ ਸਮਾਨ ਛੇੜੇ ਜਾਂ ਕੋਈ ਚੀਜ਼ ਚੁੱਕ ਕੇ ਲੈ ਜੇ ਕਮਰੇ 'ਚੋਂ ਹੈ ਨਾ ਬਿਨਾਂ ਦੱਸੇ ਤੁਹਾਨੂੰ ਪਤਾ ਨਾ ਹੋਵੇ ਮੁੜ ਕੇ ਤੁਸੀਂ ਦੇਖੋ ਹੈ ਨਾ ਫਿਰ ਗੁੱਸਾ ਚੜ੍ਹਦਾ ਹੈ ਨਾ ਅਤੇ ਇਹ ਉਹਦੇ 'ਤੇ ਲੜਾਈ ਕਰਨ ਡੇ ਸੀਗੇ ਹੈ ਨਾ ਅਤੇ ਉਹਦੇ ਉੱਤੇ ਛੋਟਾ ਜਿਹਾ ਵਲੌਗ ਆ ਠੀਕ ਆ ਇਹ ਬੜਾ ਮੈਨੂੰ ਤਾਂ ਬੜਾ ਵਧੀਆ ਲੱਗਾ ਹੈ ਨਾ ਇਹ ਤੁਹਾਡੇ ਨਾਲ ਵੀ ਰਿਲੇਟ ਕਰਦਾ ਹੋਊਗਾ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਹਾਂ ਵੀ ਇਹ ਨੋਰਮਲ ਚੀਜ਼ ਆ ਮੈਂ ਖਿੱਚ ਖਿੱਚ ਕੇ ਪੈਣ ਡਿਆ ਸੀ ਉਹਨੂੰ ਕਿਉਂਕਿ ਮੈਂ ਬੜਾ ਗੁੱਸੇ ਸੀ ਅੱਗੇ ਮੈਂ ਖਿੱਚ ਖਿੱਚ ਕੇ ਪੈਣ ਡਿਆ ਕਿ ਮੇਰੇ ਕਮਰੇ 'ਚੋਂ ਸਫਾਈ ਕਾਹਦੀ ਕੀਤੀ ਮੇਲੇ 'ਤੇ ਗਏ ਸੀਗੇ ਤਾਂ ਮੇਰੇ ਕਮਰੇ 'ਚੋਂ ਸਾਰੀ ਸਫਾਈ ਕਰਤੀ ਇੰਨਾ ਸਮਾਨ ਚੁੱਕ ਕੇ ਲੈ ਗਈ ਨਾ ਪਰਫਿਊਮ ਵੀ ਚੁੱਕ ਲਏ ਉਸ ਵਾਲ ਲਈ ਸਪਰੇਅ ਵੀ ਚੁੱਕ ਲਈ ਜਰਾਬਾਂ ਵੀ ਚੁੱਕ ਲਈਆਂ ਅਤੇ ਕਿੰਨਾ ਹੀ ਸਮਾਨ ਮੇਰਾ ਚੁੱਕ ਕੇ ਲੈ ਗਈ ਤਾਂ ਉਹਦੇ ਕਰਕੇ ਲੜਾਈ ਕਰਨ ਡੇ ਸੀਗੇ ਅਤੇ ਬਾਕੀ ਜੇ ਤੁਹਾਨੂੰ ਰਿਲੇਟ ਲੱਗਾ ਤੁਸੀਂ ਵੀ ਇੱਦਾਂ ਗੁੱਸਾ ਕਰਦੇ ਲੜਾਈ ਕਰਦੇ ਆ ਤਾਂ ਕਮੈਂਟ ਕਰਕੇ ਦੱਸਿਓ ਹੈ ਨਾ ਵੀ ਅਤੇ ਬਸ ਬਾਕੀ ਵਲੌਗ ਵਧੀਆ ਲੱਗਾ ਅਤੇ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੁਝਾਤ ਦੀ ਸਹੇਲੀ ਦੇ ਇੱਕ ਗਾਣਾ ਵੀ ਗਾਇਆ ਆਪਾਂ ਸੈਡ ਠੀਕ ਆ ਅਤੇ ਉਹ ਬੜੇ ਚਿਰ ਪਹਿਲਾਂ ਦਾ ਗਾਇਆ ਸੀਗਾ ਮਹੀਨੇ ਪੁਰਾਣੀ ਕਲਿੱਪ ਆ ਉਦਾਂ ਉਹ ਠੀਕ ਆ ਗੇਮ ਖੇਡਣ ਵਾਲੀ ਵੀ ਪੁਰਾਣੀ ਆ ਪਰ ਚਲੋ ਆਪਾਂ ਵਲੌਗ ਮੈਂ ਕਿਹਾ ਹੈ ਨਹੀਂ ਸੀਗਾ ਐਡ ਕਰਤਾ ਸੋ ਵਧੀਆ ਲੱਗਾ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਤੁਹਾਡੇ ਨਾਲ ਰਿਲੇਟ ਕੀਤਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਚੈਨਲ ਕਰ ਲਓ ਸਬਸਕ੍ਰਾਈਬ ਹੁਣ ਵਲੌਗ ਆਪਾਂ ਥੋੜ੍ਹਾ ਛੇਤੀ ਪਾ ਦਿਆ ਕਰਨੇ ਆ ਬਾਕੀ ਯਾਰ ਆਪਾਂ ਮੇਲੇ ਵਾਲੇ ਵਲੌਗ ਪਾਏ ਸੀਗੇ ਅਤੇ ਉਹ ਵੇਖ ਲਓ ਕਿਸੇ ਨੇ ਨਹੀਂ ਦੇਖੇ ਹੈ ਨਾ ਗੁਰੂ ਘਰ ਦੇ ਵਲੌਗ ਉਹਨੂੰ ਹੈ ਨਾ 30,000 ਵਿਊ ਵੱਜਾ ਵੈਸੇ ਆਪਣੇ ਚੈਨਲ 'ਤੇ ਇੰਨਾ ਘੱਟ ਵਿਊ ਵੱਜਦਾ ਨਹੀਂ ਆ ਠੀਕ ਆ ਪਰ ਜਿੰਨਾ ਘੱਟ ਇਹਨੂੰ ਵਿਊ ਵੱਜਾ ਚਲੋ ਆਪਾਂ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਉਹਦੇ ਵਿੱਚ ਵਿਊ ਮੈਟਰ ਨਹੀਂ ਕਰਦੇ ਪਤਾ ਲੱਗ ਜਾਂਦਾ ਯਾਰ ਫਿਰ ਕਹਿ ਨਹੀਂ ਸਕਦਾ ਸਾਨੂੰ ਕੋਈ ਕਿ ਤੁਸੀਂ ਕੀ ਐਵੇਂ ਪਾਈ ਜਾਂਦੇ ਆ ਵਲੌਗ ਕੋਈ ਮਤਲਬ ਨਹੀਂ ਕੋਈ ਥੋ ਨਹੀਂ ਕਿਉਂਕਿ ਜਦੋਂ ਚੰਗਾ ਪਾਈਦਾ ਉਦੋਂ ਕਿਹੜਾ ਤੁਸੀਂ ਦੇਖ ਲੈਂਦੇ ਆ ਗੁਰੂ ਘਰ ਦੇ ਦਰਸ਼ਨ ਕਰਾਏ ਫਿਰ ਕਿਹੜਾ ਤੁਸੀਂ ਦੇਖ ਲਿਆ ਹੋਲਾ ਮਹੱਲਾ ਦਿਖਾਇਆ ਫਿਰ ਕਿਹੜਾ ਤੁਸੀਂ ਦੇਖ ਲਿਆ ਤਾਂ ਫਿਰ ਉਹੀ ਪਾਵਾਂਗੇ ਜੋ ਸਾਨੂੰ ਪਤਾ ਜੋ ਚੱਲਣਾ ਵਾ ਠੀਕ ਆ ਹੁਣ ਜੇ ਸਾਡੀ ਇਹ ਭੈਣ ਭਰਾ ਦੀ ਲੜਾਈ ਕਰਦਿਆਂ ਦੀ ਚੱਲਦੀ ਆ ਜਾਂ ਪਾਪਾ ਦੇ ਨਾਲ ਗੱਲਬਾਤ ਕਰਦਿਆਂ ਦੀ ਨੋਰਮਲ ਚੱਲ ਜਾਂਦੀਆਂ ਵਾ ਠੀਕ ਆ ਅਤੇ ਜਾਂ ਫਿਰ ਉੱਦਾਂ ਹੈ ਨਾ ਵੀ ਕੋਈ ਮੈਂ ਤਾਂ ਸਾਬੀ ਕੋਈ ਗੱਲ ਕਰੀਏ ਕੁਛ ਵੀ ਆਪਣੇ ਫਰੈਂਡ ਸਰਕਲ 'ਚ ਕੋਈ ਚੀਜ਼ ਚੱਲ ਜਾਂਦੀ ਹੈ ਹੈ ਨਾ ਚਲੋ ਆਪਾਂ ਨੂੰ ਹੁਣ ਪਤਾ ਕੀ ਚੱਲਦਾ ਕਿਵੇਂ ਚੱਲਦਾ ਸਾਨੂੰ ਸਭ ਪਤਾ ਪਰ ਫਿਰ ਵੀ ਆਪਾਂ ਕੋਈ ਗਲਤ ਨਹੀਂ ਕਰੀਦਾ ਫਿਰ ਵੀ ਨੋਰਮਲ ਰੱਖੀਦਾ ਵਾ ਕਿ ਹਾਂ ਵੀ ਜੋ ਵੀ ਪਰਿਵਾਰ 'ਚ ਬਹਿ ਕੇ ਦੇਖ ਸਕੋ ਹੁਣ ਉਹ ਚੀਜ਼ ਤੁਸੀਂ ਦੇਖੀ ਨਹੀਂ ਮੈਨੂੰ ਦੁੱਖ ਇਸ ਗੱਲ ਦਾ ਨਹੀਂ ਲੱਗਾ ਕਿ ਯਾਰ ਤੁਸੀਂ ਦੇਖਿਆ ਨਹੀਂ ਦੁੱਖ ਇਸ ਗੱਲ ਦਾ ਲੱਗਾ ਕਿ ਯਾਰ ਤੁਸੀਂ ਕਹਿੰਦੇ ਸਾਰੇ ਜਾਣੇ ਹੀ ਆ ਕਿ ਯਾਰ ਤੁਸੀਂ ਮਤਲਬ ਕੀ ਕਰਦੇ ਰਹਿੰਦੇ ਹਾਂ ਕੀ ਕਿਸੇ ਨੂੰ ਮੈਸੇਜ ਦਿੰਦੇ ਹਾਂ ਕੀ ਇਹੋ ਜਿਹਾ ਦਿਖਾਉਂਦੇ ਹਾਂ ਜੋ ਤੁਹਾਨੂੰ ਸਬਸਕ੍ਰਾਈਬ ਕਰੀਏ ਪਰ ਜਦੋਂ ਆਪਾਂ ਚੰਗੀ ਚੀਜ਼ ਦਿਖਾਈ ਦੀ ਉਹ ਤੁਸੀਂ ਦੇਖਦੇ ਨਹੀਂ ਤਾਂ ਫਿਰ ਦੁੱਖ ਤਾਂ ਲੱਗਣਾ ਹੀ ਹੈ ਬੰਦੇ ਨੂੰ ਆਪੇ ਹੁਣ ਅਪ੍ਰੈਲ 13 ਅਪ੍ਰੈਲ ਨੂੰ ਵਿਸਾਖੀ ਆਪਾਂ ਫਿਰ ਅਨੰਦਪੁਰ ਸਾਹਿਬ ਜਾਣਾ ਠੀਕ ਆ ਫਿਰ ਜਾ ਕੇ ਵਲੌਗ ਪਾਵਾਂਗੇ ਕਿਉਂਕਿ ਉਹਦੇ ਉੱਤੇ ਬੜੇ ਜਾਣਿਆਂ ਨੇ ਇਹ ਵੀ ਕਿਹਾ ਕਿ ਯਾਰ ਬਹੁਤ ਵਧੀਆ ਲੱਗਾ ਹੈ ਨਾ ਸੋ ਬਸ ਉਹਨਾਂ ਲੋਕਾਂ ਕਰਕੇ ਫਿਰ ਪਾਵਾਂਗੇ ਇੱਕ ਵਾਰੀ ਸੋ ਬਾਕੀ ਜੇ ਤੁਹਾਡਾ ਦਿਲ ਕੀਤਾ ਹਜੇ ਵੀ ਦੇਖਣ ਨੂੰ ਤਾਂ ਇਹ ਤੋਂ ਥੱਲੇ ਵਲੌਗ ਨੇ ਹੋਲੇ ਮਹੱਲੇ ਵਾਲੇ ਸੋ ਸਾਰੇ ਜ਼ਰੂਰ ਦੇਖਿਓ ਅਤੇ ਬਸ ਦੇਖੋ ਵਲੌਗ ਕੀ ਹਾਲ ਚਾਲ ਸਾਰੇ ਜਣੇ ਠੀਕ ਠਾਕ ਹੋ ਠੀਕ ਠਾਕ ਹੀ ਹੋਵੋਗੇ ਮੇਰਾ ਵਾਲਾ ਹਾਲ ਤਾਂ ਕਿਸੇ ਦਾ ਨਹੀਂ ਹੋਣਾ ਵੀ ਕੱਲ੍ਹ ਰਾਤ ਆ ਗਏ ਸੀ ਆਪਾਂ ਅਨੰਦਪੁਰ ਸਾਹਿਬ ਤੋਂ ਮੇਲੇ ਤੋਂ ਆ ਗਏ ਸੀਗੇ ਅਤੇ ਰਾਤ ਸੁੱਤੇ ਹਾਂ ਅਤੇ ਅੱਜ ਸਵੇਰੇ ਪਾਪਾ ਨੇ ਛੁੱਟੀਆਂ ਲਈਆਂ ਹਫ਼ਤੇ ਦੀਆਂ ਦਫ਼ਤਰ ਤੋਂ ਉਹ ਵੀ ਨਾ ਡਿਊਟੀ ਚੇਂਜ ਹੋਣ ਤੋਂ ਬਾਅਦ 'ਚੋਂ ਪ੍ਰਮੋਸ਼ਨ ਹੋਣ ਤੋਂ ਬਾਅਦ ਥੱਕ ਬਹੁਤ ਜਾਂਦੇ ਕਿਉਂਕਿ ਹੁਣ ਸਾਰਾ ਆਦਮਪੁਰ ਫਗਵਾੜਾ
ਆਪਣਾ ਜਲੰਧਰ ਸ਼ਹਿਰ ਇਹ ਤਿੰਨ ਜ਼ਿਲ੍ਹੇ ਪਾਪਾ ਦੇ ਅੰਡਰ ਆਉਂਦੇ ਆ ਤਾਂ ਬਹੁਤ ਜ਼ਿਆਦਾ ਉਹਨਾਂ ਦਾ ਵੀ ਕੰਮ ਹੋ ਗਿਆ ਉਹਦੇ ਕਰਕੇ ਪਾਪਾ ਫਿਰ ਪਾਪਾ ਨੇ ਹਫ਼ਤੇ ਦੀਆਂ ਛੁੱਟੀਆਂ ਲੈ ਲਈਆਂ ਕਿ ਚਲੋ ਮੈਂ ਹਫ਼ਤਾ ਰੈਸਟ ਕਰ ਲੈਂਦਾ ਫਿਰ ਪਾਪਾ ਕਹਿੰਦੇ ਆਪਾਂ ਮੱਥਾ ਟੇਕ ਆਉਂਦੇ ਹਾਂ ਗੁਰਦੁਆਰਾ ਸਾਹਿਬ ਰੋਜ਼ ਘਰੇ ਵੀ ਪਾਪਾ ਕੋਲ ਦੋ ਦਿਨ ਪਾਪਾ ਘਰੇ ਬੈਠੇ ਆ ਤਾਂ ਪਾਪਾ ਕੋਲ ਬਹਿ ਨਹੀਂ ਹੋਇਆ ਪਾਪਾ ਕਹਿੰਦੇ ਸਮਝ ਹੀ ਨਹੀਂ ਲੱਗਦੀ ਸਾਰਾ ਦਿਨ ਕਰਾਂਗੀ ਅਤੇ ਹੁਣ ਫਿਰ ਅੱਜ ਆਪਾਂ ਚੱਲੇ ਹਾਂ ਸਵੇਰ ਦੇ ਵੱਜ ਗਏ ਆ 6 ਉੱਦਾਂ 5 ਵਜੇ ਦੇ ਉੱਠੇ ਹਾਂ ਇਰਾਦਾ ਸੀਗਾ ਕਿ 6 ਵਜੇ ਨਿਕਲ ਜਾਣਾ ਪਰ ਲੇਟ ਹੋ ਗਏ ਅਤੇ ਸਵੇਰ ਦੇ ਵੱਜ ਗਏ 6 ਹੁਣ ਆਪਾਂ ਚੱਲੇ ਹਾਂ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਤੁਸੀਂ ਸਾਰੇ ਨਾਂ ਸੁਣਿਆ ਹੋਣਾ ਵਾ ਅੜੀਸਰ ਸਾਹਿਬ ਗੁਰਦੁਆਰਾ ਸਾਹਿਬ ਆ ਇੱਕ ਇੱਧਰ ਪਤਾ ਨਹੀਂ ਮੋਗੇ ਬਰਨਾਲੇ ਵਾਲੀ ਸਾਈਡ 'ਤੇ ਉੱਧਰ ਹੀ ਆ ਸ਼ਾਇਦ ਇੱਥੋਂ 3 ਘੰਟਿਆਂ ਦੀ ਡਰਾਈਵ ਆ 155 ਕਿਲੋਮੀਟਰ ਆ ਆਪਾਂ ਪਹੁੰਚ ਜਾਣਾ 9:10-11 ਵਜੇ 10 ਵਜੇ ਤੱਕ ਪਹੁੰਚ ਜਾਣਾ ਆਪਾਂ ਇੱਕ ਵਾਰੀ ਪਹਿਲਾਂ ਵੀ ਗਏ ਸੀਗੇ ਅਤੇ ਹੁਣ ਫਿਰ ਚੱਲੇ ਹਾਂ ਉਦੋਂ ਪਾਪਾ ਨੇ ਉੱਥੇ ਸੁੱਖਣਾ ਸੁੱਖੇ ਆਏ ਸੀ ਹੈ ਨਾ ਵੀ ਫਾਈਲਾਂ ਲੱਗੀਆਂ ਇਹਦੇ ਰਾਜੂ ਦੀਆਂ ਮੰਮਾ ਪਾਪਾ ਦੀਆਂ ਮੇਰੀ ਵੀ ਲੱਗੀ ਸੀਗੀ ਮੇਰੀ ਫਿਰ ਰਿਫਿਊਜ਼ਲ ਹੀ ਆ ਗਈ ਅਤੇ ਇਹਨਾਂ ਤਿੰਨਾਂ ਦਾ ਵੀਜ਼ਾ ਲੱਗ ਗਿਆ ਪਾਪਾ ਕਹਿੰਦੇ ਉਦੋਂ ਆਪਾਂ ਸੁੱਖ ਕੇ ਆਏ ਸੀ ਹੈ ਨਾ ਅਤੇ ਹੁਣ ਫਿਰ ਚੱਲੇ ਆਪਾਂ ਸੋ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਹਾਂ ਬਾਕੀ ਆਉਣ ਲੱਗੇ ਸਾਰੇ ਜੇ ਰਾਹ 'ਚ ਵਲੋਗ ਬਣਾਇਆ ਤਾਂ ਬਣਾਵਾਂਗੇ ਫਿਰ ਤੁਹਾਨੂੰ ਸਿੱਧਾ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ ਆਓ ਵੀ ਚੱਲੀਏ ਖਾਧਾ ਨਹੀਂ ਸਵੇਰ ਦਾ ਬੀਬੀ ਕਹਿੰਦੀ ਦਹੀਂ ਖਾਧੇ ਬਿਨਾਂ ਨਹੀਂ ਜਾਣ ਬੀਬੀ ਦਹੀਂ ਖਾਣ ਬਿਨਾਂ ਕਿਉਂ ਨਹੀਂ ਜਾਣ ਦਿੱਤਾ ਦਹੀਂ ਖਾਣ ਨਾਲ ਕੀ ਹੋਣਾ ਕਾਹਦਾ ਸਗਲ ਹੁੰਦਾ ਮੈਂ ਚੱਲਾਂ ਵਾ ਉੱਥੇ ਰਿਸ਼ਤਾ ਕਰਨ ਜੇ ਰਿਸ਼ਤਾ ਨਾ ਨਹੀਂ ਹੋਵੇ ਦਹੀਂ ਸ਼ੁੱਭ ਮੰਨਿਆ ਜਾਂਦਾ ਵੀ ਦਹੀਂ ਖਾ ਕੇ ਘਰੋਂ ਜਾਓ ਵਧੀਆ ਕੰਮ ਬਣਦੇ ਆ ਆਪਾਂ ਤਾਂ ਮੱਥਾ ਟੇਕਣ ਚੱਲੇ ਗੁਰੂ ਘਰ ਤੇ ਵਧੀਆ ਕੰਮ ਹੀ ਹੋਣਾ ਮਾੜਾ ਕੰਮ ਕਰਨ ਚੱਲੇ ਕੋਈ ਨਹੀਂ ਨਹੀਂ ਗੁਰੂ ਘਰ ਹੀ ਚੱਲੇ ਪੁੱਤ ਫੇਰ ਵੀ ਦਹੀਂ ਖਾਣਾ ਤੂੰ ਚਾਹ ਨਹੀਂ ਪੀਤੀ ਨਾ ਕੁਛ ਨਹੀਂ ਤੇ ਦਹੀਂ ਤੇ ਖਾਣਾ ਹੀ ਹੈ ਨਾ ਫੇਰ ਇਹੀ ਫਿਕਰ ਜੇ ਮੇਰੀ ਘਰ ਵਾਲੀ ਕਰਦੀ ਤਾਂ ਫੇਰ ਕਿੰਨਾ ਵਧੀਆ ਲੱਗੇ ਘਰ ਦੇ ਤਾਂ ਕਰਦੇ ਹੀ ਰਹਿੰਦੇ ਯਾਰ ਸ਼ਾਦੀ ਕਬ ਹੋ ਗਈ ਘੁੰਮ ਫਿਰ ਕੇ ਗਰਾਰੀ ਉੱਥੇ ਕੀ ਆ ਜਾਂਦੀ ਚਲੋ ਯਾਰ ਹੈ ਨਾ ਘਰ ਦੇ ਇੰਨੀ ਫਿਕਰ ਕਰਦੇ ਨਾ ਖਾਲੀ ਪੇਟ ਜਾਣ ਨਹੀਂ ਦਿੰਦੇ ਆਉਣ ਨਹੀਂ ਦਿੰਦੇ ਫਿਰ ਵੀ ਸਿਰਫ ਇਹਨਾਂ ਚੀਜ਼ਾਂ ਕਰਕੇ ਆਪਾਂ ਪੋਜ਼ਿਟਿਵ ਹਾਂ ਅਤੇ ਜਿੰਨਾ ਮੈਂ ਤਾਂ ਸਭ ਹੀ ਇਸ ਟਾਈਮ ਫਸੇ ਪਏ ਇਹਨਾਂ ਚੀਜ਼ਾਂ ਦੇ ਵਿੱਚ ਜਿੰਨੇ ਕੁ ਅਸੀਂ ਕੁਝ ਨਹੀਂ ਕਿਸੇ ਦਿਨ ਵਿਹਲੇ ਬਹਿ ਕੇ ਗੱਲ ਕਰਾਂਗੇ ਜਿੱਦਣ ਚੀਜ਼ਾਂ 'ਚੋਂ ਨਿਕਲ ਗਏ ਨਾ ਉੱਦਣ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ 'ਚ ਹਰ ਕੋਈ ਫਸ ਜਾਂਦਾ ਬਸ ਸਾਰਿਆਂ ਦਾ ਨਾ ਪ੍ਰੋਬਲਮ ਸਾਰਿਆਂ ਦੀਆਂ ਡਿਫਰੈਂਟ ਡਿਫਰੈਂਟ ਹੁੰਦੀਆਂ ਪਰ ਸਿਚੁਏਸ਼ਨ ਇੱਕੋ ਹੀ ਬਣ ਜਾਂਦੀ ਲਾਸਟ ਦੇ ਵਿੱਚ ਐਟ ਐਂਡ ਜਦੋਂ ਸਮਝ ਲੱਗਣਾ ਹਟ ਜਾਂਦਾ ਨਾ ਸਾਹਮਣੇ ਸਿਰਫ ਸਾਨੂੰ ਇੱਕ ਨੇ ਖਾਲੀ ਹਨੇਰਾ ਹੀ ਦਿਖਦਾ ਵਾ ਕਿ ਹਜੇ ਵੀ ਸਾਡੇ ਆਸੇ ਪਾਸੇ ਆਪਸ਼ਨਾਂ ਹੁੰਦੀਆਂ ਨੇ ਪਰ ਸਾਨੂੰ ਉਹ ਦਿਖਦੀਆਂ ਨਹੀਂ ਉਸ ਟਾਈਮ 'ਤੇ ਜੇ ਦਿਖਦੀਆਂ ਵਾ ਅਸੀਂ ਚੂਜ਼ ਨਹੀਂ ਕਰਦੇ ਇਹ ਸੋਚ ਕੇ ਕਿ ਯਾਰ ਛੱਡ ਪੈਣ 'ਚ ਇਹ ਕਿਹੜਾ ਕੋਈ ਬਣਿਆ ਇੱਧਰ ਵੀ ਕਿਹੜਾ ਕੋਈ ਬਣਨਾ ਦੱਸਾਂਗੇ ਉੱਦਣ ਗਾਈਡ ਕਰਾਂਗੇ ਜਿੱਦਣ ਅਸੀਂ ਪ੍ਰੋਪਰਲੀ ਇਹਦੇ 'ਚੋਂ ਨਿਕਲ ਗਏ ਨਾ ਫਿਰ ਦੱਸਣ ਦਾ ਵੀ ਫਾਇਦਾ ਵਾ ਹੁਣ ਆਪਾਂ ਗਾਈਡ ਪ੍ਰੋਪਰ ਕਰ ਸਕਦੇ ਹਾਂ ਠੀਕ ਆ ਅਸੀਂ ਗਲਤ ਸਟੈਪ ਚੁੱਕ ਜਾਂਦੇ ਇਸ ਟਾਈਮ ਦੇ ਵਿੱਚ ਵੀ ਅਸੀਂ ਉਹ ਨਹੀਂ ਚੁੱਕਿਆ ਆਪਾਂ ਉੱਥੇ ਤੱਕ ਗਾਈਡ ਕਰ ਸਕਦੇ ਹਾਂ ਪਰ ਮੈਂ ਕਹਿੰਦਾ ਇੱਕ ਵਾਰੀ ਨਾ ਆਪਾਂ ਨਿਕਲ ਜਾਈਏ ਕਿਉਂਕਿ ਅਸੀਂ ਜਿਹੜੇ ਪੰਗਿਆਂ 'ਚ ਨਿਕਲਦਾ ਨਾ ਅਸੀਂ ਬਹੁਤ ਵੱਡੇ ਪੰਗਿਆਂ 'ਚ ਨਿਕਲਦਾ ਪਰ ਚਲੋ ਕੋਈ ਗੱਲ ਨਹੀਂ ਪਾਪਾ ਨੇ ਬੜਾ ਕੁੜਤਾ ਜਾਮਾ ਪਾ ਲਿਆ ਅੱਜ ਮੁੰਡੇ ਨੂੰ ਠਾਕਾ ਲਾਉਣ ਚੱਲੇ ਹੁੰਦੇ ਤੁਸੀਂ ਬੜਾ ਕੋਲ ਪਾ ਲਿਆ ਉਹ ਕੁੜਤਾ ਪਜਾਮਾ ਮੁੰਡੇ ਠਾਕਾ ਲਾਉਣ ਚੱਲੇ ਚਲੋ ਜਾ ਕੇ ਮਿਲਦੇ ਫਿਰ ਆਪਾਂ ਤੁਹਾਨੂੰ ਪਾਪਾ ਸਾਹਮਣੇ ਹੁਣ ਕੀ ਗੱਲਾਂ ਕਰੀਏ ਇਹ ਸਾਡੇ ਦੁੱਖ ਸਮਝ ਨਹੀਂ ਸਕਦੇ ਕੀ ਦੁੱਖ ਕੀ ਤੰਗੀ ਇਹ ਨਹੀਂ ਸਮਝ ਸਕਦੇ ਬੱਚਿਆਂ ਦੇ ਦੁੱਖ ਆਪਣੇ ਜਿਹੜੇ ਹੋਣਾ ਦੁੱਖ ਚ ਕੋਈ ਨਹੀਂ ਮੈਂ ਉਹੀ ਕਿਹਾ ਕਿ ਆਪ ਹੀ ਹੋਏ ਸਾਰੇ ਹਾਂ ਕਹਿਤਾ ਮੈਂ ਪਹਿਲਾਂ ਹੀ ਕਹਿਤਾ ਮੈਂ ਨਹੀਂ ਕਿਹਾ ਮੈਨੂੰ ਘਰਦਿਆਂ ਨੇ ਦਿੱਤੇ ਘਰ ਦੇ ਬਸ ਮੈਨੂੰ ਦੁੱਖ ਵਧਾਉਣ ਡੇ ਮੇਰਾ ਮੈਨੂੰ ਟੌਰਚਰ ਕਰ ਕਰਕੇ ਠੀਕ ਆ ਮੇਰੇ ਕੋਲ ਐਕਸਪੈਕਟੇਸ਼ਨਾਂ ਇਹਨਾਂ ਨੇ ਬਹੁਤ ਜ਼ਿਆਦੀਆਂ ਰੱਖ ਲਈਆਂ ਵਾ ਹੁਣ ਬੰਦੇ ਨੂੰ ਜਦੋਂ ਬੰਦਾ ਅੱਗੇ ਹੀ ਫਸਿਆ ਹੋਵੇ ਉਹਦੇ ਕੋਲ ਉਸ ਬੱਚੇ ਕੋਲ ਕਿੱਦਾਂ ਤੁਸੀਂ ਐਕਸਪੈਕਟ ਕਰ ਸਕਦੇ ਆ ਕਿ ਤੂੰ ਸਾਡੇ ਲਈ ਇਹ ਕਰ ਜਦੋਂ ਤੱਕ ਸਾਡੀ ਬਾਹਾਂ 'ਚ ਦਮ ਸੀ ਅਸੀਂ ਕੀਤਾ ਹੀ ਆ ਕੀ ਕੀਤਾ ਤੁਸੀਂ ਉਹ ਬਸ ਕਰੋ ਇੱਕ ਦੋ ਸਾਰੀ ਦੇਖਿਆ ਪੇਰੈਂਟਸ ਨਹੀਂ ਸਮਝ ਸਕਦੇ ਬੱਚਿਆਂ ਦੀ ਪ੍ਰੋਬਲਮ ਮੈਂ ਸਵੇਰੇ ਥਾਰ ਲੈ ਸਕਦਾ ਲੈਣ ਨੂੰ ਤੁਸੀਂ ਰੇਂਜ ਰੋਵਰ ਵੀ ਲੈ ਸਕਦੇ ਆ ਚਲੋ ਯਾਰ ਤੇ ਜਾ ਬਣਾ ਲਓ ਵਲੌਗ ਹੁਣ ਐਵੇਂ ਉਹਦੇ ਤਾਂ ਛੇ ਨਹੀਂ ਖਾਈ ਜਾਂਦੇ ਵਲੌਗ ਬਣਾ ਬਣਾ ਲਾ ਕਿ ਬਣਾ ਮੈਂ ਤੇਰਾ ਜੂੜ ਲੜੋਂਦੇ ਲੜੋ ਹੁਣ ਲੜੋ ਵਲੌਗ ਬਣਾ ਵਲੌਗ ਬਣਾ ਲੋਕਾਂ ਨੂੰ ਪਤਾ ਲੱਗੇ ਹਾਂ ਕਿਹਾ ਕਿ ਭੈਣ ਨੇ ਕਮਰਾ ਸਾਫ਼ ਕੀਤਾ ਭੈਣ ਨੇ ਕਮਰਾ ਸਾਫ਼ ਨਹੀਂ ਕੀਤਾ ਭੈਣ ਨੇ ਕਮਰਾ ਸਾਫ਼ ਹੀ ਕਰਤਾ
ਯਾਰ ਫੇਰ ਕੀ ਹੋ ਗਿਆ ਦੱਸ ਮੇਰੇ ਮੇਰੇ ਕਮਰੇ ਚੋਂ ਮੇਰਾ ਸਮਾਨ ਨਹੀਂ ਕਿਸੇ ਨੇ ਵੀ ਛੇੜਦਾ ਮੇਰੇ ਕਮਰੇ ਜੋ ਕੁਛ ਹੈ ਨਾ ਮੇਰਾ ਆਪਣਾ ਸਮਾਨ ਹੈ ਕਮਾਈ ਕਰਕੇ ਹੀ ਲੱਗਾ ਫ੍ਰੀ ਚ ਨਹੀਂ ਆਇਆ ਜਿੱਦਾਂ ਪਿੱਛੇ ਇੱਕ ਕਮਰਾ ਪਾ ਕੇ ਵਿਖਾ ਆਪਣੀ ਕਮਾਈ ਦਾ ਜੇ ਮੈਂ ਪਾਤਾ ਚੱਲ ਪਾ ਉਹ ਤਾਂ ਮੈਂ ਆਪ ਹੀ ਨੀ ਪਾਉਂਦਾ ਕਿ ਪੂਰੀ ਕੋਠੀ ਪਾਊਂਗਾ ਨਹੀਂ ਤੂੰ ਇੱਕ ਹੀ ਕਮਰਾ ਪਾ ਪਿਛਲੇ ਵੇੜੇ ਪਾ ਕੇ ਵਿਖਾ ਦੇ ਯਾਰ ਅੰਬਾ ਦੱਸ ਮੈਂ ਉਹਨੂੰ ਕਿਤੇ ਉਹਦਾ ਸਿਰ ਪਾੜਤਾ ਵਾ ਮੈਂ ਉਹਨੂੰ ਬਸ ਇੰਨੀ ਗੱਲ ਹੀ ਕਹੀ ਆ ਕਿ ਰਾਜੂ ਇਹ ਕੰਮ ਚੰਗੇ ਨਹੀਂ ਹੁੰਦੇ ਕਿਸੇ ਦੇ ਬਿਨਾਂ ਪੁੱਛੋ ਸਮਾਨ ਯਾਰ ਕੱਲ ਨੂੰ ਇਹ ਕੰਮ ਬਾਹਰ ਆਪਣੇ ਨਾਲ ਰੂਪ ਪਾਰਟਨਰ ਦੀ ਕਿਸੇ ਦਾ ਕੋਈ ਸਮਾਨ ਚੁੱਕ ਕੰਘੀ ਚੁੱਕ ਲਿਆਉ ਕਿਸੇ ਦਾ ਬਰੱਸ਼ ਚੁੱਕ ਲਿਆਉ ਅਗਲੀ ਨੇ ਝੱਟ ਕਹਿ ਦੇਣਾ ਦੀਦੀ ਮੈਨੂੰ ਲੱਗਾ ਸੀ ਮੇਰਾ ਵਾ ਅਗਲਾ ਨੇ ਚੋਰ ਕਹਿਣਾ ਵਾ ਮੈਂ ਨਾ ਲੈ ਕੇ ਦਊਂ ਮੈਂ ਤੇ ਚੋਰ ਕਹਿਣ ਨੀ ਦਿੰਦਿਆ ਮੈਂ ਤੈਨੂੰ ਕਹਿੰਦੇ ਆਦਤਾਂ ਚੰਗੀਆਂ ਨੀ ਹੁੰਦੀਆਂ ਮੇਰੀਆਂ ਜਰਾਬਾਂ ਚੁੱਕ ਲੀਆਂ ਮੇਰੀਆਂ ਕਿਤਾਬਾਂ ਚੁੱਕ ਲੀਆਂ ਸਿਰ ਨੂੰ ਲਾਉਣ ਵਾਲੀ ਸਪਰੇਅ ਚੁੱਕ ਲਈ ਠੀਕ ਆ ਨਹੀਂ ਜੇ ਅਗਲੇ ਕਿਤਾਬਾਂ ਪੜ੍ਹਨ ਜੋਗਾ ਹੁੰਦਾ ਨਾ ਪਹਿਲਾਂ ਤੇ ਕੋਈ ਕਰ ਲੈਣਾ ਜ਼ਿੰਦਗੀ ਚ ਉਦੋਂ ਤਾਂ ਪੜ੍ਹੀਆਂ ਨੀ ਉਹਨੂੰ ਨਾ ਕਿਤੇ ਸਮਝਾ ਲਿਓ ਕਿ ਬਹੁਤੇ ਕੰਮ ਗਲਤ ਹੁੰਦੇ ਆ ਆਦਤਾਂ ਚੰਗੀਆਂ ਨੀ ਸਮਝਾਣਾ ਉਹਨੇ ਬਸ ਕਰੋ ਸਾਰਾ ਟੱਬਰ ਹੀ ਨਾਲ ਮਿਲ ਕੇ ਯਾਰ ਮੇਰੀ ਮਰਜ਼ੀ ਟੋਫੀ ਖਾਂਦਾ ਵਾ ਹੱਥ ਤਰਾਕੀ ਬੰਦ ਕਰ ਦੋ ਹੁਣ ਬਾਬਾ ਚੁੱਕ ਲਿਆ ਵਾ ਜਿੰਨਾ ਕ ਚੁੱਕਣਾ ਸੀ ਅੱਗੇ ਮੈਂ ਗਿਆ ਸੀ ਨਾ ਅੰਮ੍ਰਿਤਸਰ ਚੁੱਕੀ ਯਾਰ ਮੈਂ ਕਿਹਾ ਕਿ ਹੈ ਦੱਸ ਤੁਸੀਂ ਸਾਰੇ ਜਾਣੇ ਇੱਕੋ ਗੱਲ ਕਰੀ ਜਾਂਦੇ ਵਾਰ ਵਾਰ ਇਹ ਗੱਲ ਵਲੋਗਾਂ ਚ ਕਰਨੀ ਜ਼ਰੂਰੀ ਆ ਦੱਸ ਫੇਰ ਕਹਿਣਾ ਗੁੱਸਾ ਕਰਦਾ ਖਿੱਚਦਾ ਤੂੰ ਉਹਨੂੰ ਚੋਰ ਕਹਿਣ ਡਿਆ ਇੱਕ ਹਿਸਾਬ ਦਾ ਤੇ ਚੋਰਾਂ ਵਾਲੇ ਕੰਮ ਨੂੰ ਚੋਰ ਹੀ ਕਹਿਣਾ ਵਾ ਚੋਰੀ ਕੀ ਕਹਿੰਦਾ ਜੁਰਾਬਾਂ ਵੇਖੋ ਨਾ ਕਿ ਚੋਰੀ ਫੇਰ ਹੁਣ ਮੇਰੇ ਪੈਸੇ ਵੀ ਪਏ ਹੁੰਦੇ ਮੈਂ ਤਾਂ ਕਦੀ ਗਿਣ ਕੇ ਰੱਖਦਾ ਨੀ ਜੇ ਉਹ ਵੀ ਚੁੱਕ ਲਏ ਹੋਏ ਨੇ ਫੇਰ ਮੰਮਾ ਭਲਾ ਦੱਸੋ ਮੇਰੇ ਦਰਵਾਜ਼ੇ ਚ ਭਲਾ ਨਹੀਂ ਪੈਸੇ ਪਏ ਹੁੰਦੇ ਹਾਂ ਸਾਰਾ ਪਰਿਵਾਰ ਹੀ ਉਹੋ ਜਿਹਾ ਕੀ ਕਰੇ ਬੰਦਾ ਫਿਰ ਮੇਰੇ ਕਮਰੇ ਮੈਨੂੰ ਮੈਂ ਸਾਰੀਆਂ ਚੀਜ਼ਾਂ ਵੇਖ ਕੇ ਵੀ ਕੀ ਅੰਦਰ ਪਿਆ ਸ਼ਰਾਬ ਦੀਆਂ ਬੋਤਲਾਂ ਪਈਆਂ ਸੀ ਮੇਰੇ ਕਮਰੇ ਚ ਉਹ ਵੀ ਪਾਪਾ ਨੇ ਚੁੱਕ ਲਿਆ ਯਾਦ ਹੋਵੇ ਨਾ ਕਿ ਪੀਣੀ ਹੁੰਦੀ ਬੰਦੇ ਨੇ ਤਾਂ ਚੁੱਕ ਲਈ ਪੀਣੀ ਵੀ ਨੀ ਹੈਗੀ ਤਾਂ ਵੀ ਚੁੱਕ ਲਿਆਂਦੀਆਂ ਮੇਰੇ ਕਮਰੇ ਚੋਂ ਸ਼ਰਾਬ ਦੀਆਂ ਬੋਤਲਾਂ ਨੀ ਛੱਡੀਆਂ ਉਹ ਮੈਂ ਟੌਰ ਨਾਲ ਲਿਆਂਦੀਆਂ ਗੋਆ ਤੋਂ ਵਧੀਆ ਮਹਿੰਗੀਆਂ ਸ਼ਰਾਬਾਂ ਉਹ ਵੀ ਚੁੱਕ ਲਿਆਏ ਮੇਰੇ ਕਮਰੇ ਚੋਂ ਉਹ ਮੈਨੂੰ ਚੇਤਾ ਆਇਆ ਉਦਣ ਜਿੱਦਣ ਮੈਂ ਪਾਪਾ ਦੀ ਅਲਮਾਰੀ ਦੇਖ ਲਈ ਮੈਂ ਕਿਹਾ ਯਾਰ ਇਹ ਤਾਂ ਮੇਰੀ ਤੇ ਨਹੀਂ ਪਈਆਂ ਮੈਨੂੰ ਆਪਣੇ ਸਮਾਨ ਦਾ ਇੱਕ ਹਿਸਾਬ ਨਹੀਂ ਹੁੰਦਾ ਉਹ ਮੈਂ ਰਾਜੂ ਦੇ ਕਮਰੇ ਚ ਵੜਿਆ ਤੇ ਮੈਨੂੰ ਫੇਰ ਮੇਰਾ ਸਮਾਨ ਦਿਖਿਆ ਯਾਰ ਇਹ ਸਾਰਾ ਕੁਝ ਮੇਰੇ ਕਮਰੇ ਚ ਨਹੀਂ ਪਿਆ ਜਿੱਦਣ ਮੈਂ ਗਿਆ ਬੈਠਾ ਰਿਹਾ ਕਰੋ ਸਾਰੇ ਜਾਣੇ ਉਹ ਦੋਵੇਂ ਪਿਓ ਧੀ ਇੱਕੋ ਜੇ ਕਿਤਾਬਾਂ ਪੜ੍ਹ ਲਈਆਂ ਕੀ ਮਾੜਾ ਕੀਤਾ ਯਾਰ ਪੜ੍ਹ ਲਈ ਬੰਦਾ ਮੰਗ ਲਵੇ ਕਿ ਭਾਜੀ ਮੈਨੂੰ ਕਿਤਾਬ ਚਾਹੀਦੀ ਭਾਜੀ ਮੈਨੂੰ ਜੁਰਾਬਾਂ ਚਾਹੀਦੀਆਂ ਭਾਜੀ ਮੈਨੂੰ ਕਿਉਂ ਮੰਗ ਕੇ ਲਵੇ ਕਿਉਂ ਨਾ ਮੰਗ ਕੇ ਲਵੇ ਉਹਨੂੰ ਮੈਂ ਛੁੱਟੀ ਦਿੱਤੀ ਹੈ ਵੀ ਜੋ ਮਰਜ਼ੀ ਲੈ ਸਕਦੀ ਜਿੱਥੋਂ ਮਰਜ਼ੀ ਚੋਰੀ ਕਰੋ ਕੋਈ ਗੱਲ ਨਹੀਂ ਕੱਲ ਨੂੰ ਵੀ ਇਹਨੂੰ ਏਦਾਂ ਸਿਖਾ ਕੇ ਭੇਜੋ ਕੱਲ ਨੂੰ ਬੇਟਾ ਉੱਥੇ ਤੂੰ ਜਾਣਾ ਨੀ ਕੈਨੇਡਾ ਕੋਈ ਪਸੰਦ ਆ ਗਿਆ ਦੁਕਾਨ ਤੋਂ ਚੀਜ਼ ਚੁੱਕ ਕੇ ਭਾਜੀ ਕੋਈ ਗੱਲ ਨਹੀਂ ਤੈਨੂੰ ਖੁੱਲੀ ਛੁੱਟ ਹੈ ਇਹਦੀ ਹਿਦਾਇਤ ਹੈਗੀ ਵਾਹ ਏਡੀ ਪਾਗਲ ਨਹੀਂ ਹੈਗੀ ਇਹ ਹੀ ਹੈ ਪਾਗਲ ਵੱਡਾ ਚਲੋ ਬਸ ਕਰੋ ਭਰਾ ਹੁਣ ਮੈਨੂੰ ਗੁੱਸਾ ਨਾ ਚੜਾਓ ਜ਼ਿਆਦਾ ਗੁੱਸਾ ਚੜ ਚੱਲਿਆ ਤੈਨੂੰ ਏਡਾ ਤੂੰ ਡਿਪਰੈਸ਼ਨ ਚ ਚੱਲ ਚੱਲਿਆ ਹੈਗਾ ਹੀ ਆ ਮੈਂ ਡਿਪਰੈਸ਼ਨ ਚ ਪਹਿਲਾਂ ਹੀ ਡਿਪਰੈਸ਼ਨ ਚ ਆ ਮੈਂ ਬੱਤੀਆਂ ਵੀ ਲਵਾ ਦੇਣੀਆਂ ਇਥੋਂ ਡਿਪਰੈਸ਼ਨ ਚ ਲਵਾਵਾਂ ਬੱਤੀਆਂ ਇਥੋਂ ਲਵਾਵਾਂ ਬੱਤੀਆਂ ਲਵਾਵਾਂ ਤੇ ਡਿਪਰੈਸ਼ਨ ਚ ਆ ਮੈਂ ਗੁਰੂ ਘਰ ਚੱਲੇ ਆ ਕਿਤੇ ਰੱਬ ਦਾ ਨਾਮ ਲਾਓ ਸਾਰਾ ਟੱਬਰ ਪੈ ਗਿਆ ਹਾਂ ਬਾਬਾ ਦਾ ਨਾਮ ਚੱਲਣ ਦੇ ਤੂੰ ਇੱਕ ਮਿੰਟ ਸੁਣਿਆ ਹੈਗਾ ਉਹ ਚੱਲਣ ਦੇ ਉਹਦੀ ਆਵਾਜ਼ ਨਹੀਂ ਕਿਤੇ ਉੱਚੀ ਕੀਤੀ ਮੈਂ ਸੁਣਨ ਨਹੀਂ ਡਿਆ ਸੁਪਣੀ ਸੁਣਨ ਡਿਆ ਦੂਜੀ ਯਾਰ ਚੱਲ ਪਿਆ ਇਹ ਹੁਣ ਉਹ ਤਾਂ ਮੈਨੂੰ ਵੀ ਪਤਾ ਐਡਾ ਤਾਂ ਤੈਨੂੰ ਪਤਾ ਵੀ ਦੂਜੀ ਯਾਰ ਚੱਲ ਪਿਆ ਜੰਗਲ ਚ ਬਰਨਾਲੇ ਰੋਡ ਤੇ ਕੋਈ ਢਾਬਾ ਕਿਉਂ ਨੀ ਆਹ ਬਦਲੀ ਕਲਾ ਆ ਗਿਆ ਸੱਚੀ ਰੋਕ ਹੀ ਦੇ ਕਿਤੇ ਚਾਹੀਦੀ ਹੈ।
ਹੈਗਾ ਵਾ ਖਾਲਸਾ ਭਾਜੀ ਤੇ ਸਾਬੀ ਦਾ ਇੱਕ ਇੱਕ ਵਾਰੀ ਜਿੱਤ ਗਏ ਹੋਏ ਆ ਤੇ ਇੱਕ ਇੱਕ ਵਾਰੀ ਮੈਂ ਚੱਲਣ ਡਿਆ ਵਾ ਬਾਕੀ ਤੁਹਾਨੂੰ ਸਟੂਡੀਓ ਘੁਮਾਉਂਦੇ ਅੱਜ ਸਾਰਾ ਹੀ ਆਹ ਚੈੱਕ ਕਰੋ ਭਾਈ ਨਵਾਂ ਸਟੂਡੀਓ ਕੋਈ ਨੀ ਬਾਅਦ ਚ ਦਿਖਾਉਂਦੇ ਆ ਹਜੇ ਮੂਵਾਂ ਚੈੱਕ ਕਰਨ ਡੇ ਮੁੰਡੇ ਹੁਣ ਡਰ ਗਿਆ ਇੱਕ ਵਾਰੀ ਹਾਰ ਕੇ ਤੁਹਾਨੂੰ ਮੂਵਾਂ ਚੈੱਕ ਕਰਨ ਦੀ ਪੈ ਗਈ ਲੋ ਵੇਖ ਲੈਂਦੇ ਆ ਆਹ ਵਾਲਾ ਬੰਦਾ ਭਾਜੀ ਦਾ ਵਾ ਇਹ ਸਾਬੀ ਦਾ ਸ਼ੈਤਾਨ ਅਜੇ ਦੇਵਗਨ ਦੀ ਆਪੇ ਚਲ ਜਾਣਾ ਬਾਕੀ ਦਸਤਾਨਾ ਕਿੱਥੇ ਭਾਜੀ ਸੰਦ ਸਾਧਨ ਸਾਰੇ ਰੱਖੇ ਆ ਇਹਨੂੰ ਬਸ ਟਿਕਾਉਣ ਰੱਖ ਦੇਣਾ ਕਿਤੇ ਵੀ ਹਨਾ ਕਿੰਨਾ ਚਿਰ ਕੱਢ ਜਾਂਦਾ ਇਹ ਨੁੱਕਰ ਚ ਰੱਖ ਦੇਣਾ ਬਸ ਬਾਅਦ ਚੱਲੀ ਜਾਣਾ ਹੁਣ ਆਪੇ ਛੇ ਸੱਤ ਘੰਟੇ ਕੱਢ ਜਾਣੇ ਇਹਨੇ ਹਨਾ ਸਨੋ ਰਨਰ ਸੋ ਭਾਜੀ ਨੇ ਇੱਧਰ ਵੀ ਸਿਸਟਮ ਰੱਖਿਆ ਭਾਜੀ ਨੇ ਬੜਾ ਇਹ ਆਪਣਾ ਕਲੱਚ ਬ੍ਰੇਕ ਰੇਸ ਠੀਕ ਆ ਇੱਧਰ ਆ ਕੇ ਗੇਅਰ ਆ ਸਟੀਅਰਿੰਗ ਆ ਵੀ ਸਾਰਾ ਮੈਨੂਅਲ ਇਹ ਟਰੱਕ ਚਲਾਉਣਾ ਇਹ ਫਾਰਮਿੰਗ ਸਿਮੂਲੇਟਰ ਅੱਛਾ ਫਾਰਮਿੰਗ ਮਤਲਬ ਟਰੈਕਟਰ ਸਾਰਾ ਘੁਮਾਣਾ ਟਰੈਕਟਰ ਦੇ ਹੱਲਾ ਚੱਕਣੀਆਂ ਹੱਲਾ ਥੱਲੇ ਕਰਨੀਆਂ ਆ ਦੇ ਆ ਜੀਸੀਬੀ ਚੱਕਣੀ ਜੀਸੀਬੀ ਘੁਮਾਣੀ ਸਾਰਾ ਕੁਝ ਇੱਥੋਂ ਦਾ ਮਤਲਬ ਸਾਰੇ ਬਟਨ ਵਰਕਿੰਗ ਆ ਸਾਰੇ ਵਰਕਿੰਗ ਆ ਦਿਖਾਓ ਇੱਧਰ ਆ ਕੇ ਸਾਰੇ ਵਰਕਿੰਗ ਆ ਆ ਦੇਖੋ ਸਾਰੇ ਬਟਨ ਵਰਕਿੰਗ ਆ ਇਹ ਸਾਰੇ ਬਟਨਾਂ ਦੇ ਨਾਲ ਆਪਾਂ ਗੇਮ ਖੇਡ ਸਕਦੇ ਹੁਣ ਮੈਨੂੰ ਲਾ ਕੇ ਦੋ ਆ ਵਾਲੀ ਐਕਸਪੀਡੀਸ਼ਨ ਆ ਲਾ ਮੈਂ ਅੱਗੇ ਕਹੀ ਨਾ ਉੱਤੇ ਲਾਈਟਾਂ ਕਿੱਥੋਂ ਪੈਣ ਡਿਆ ਇੱਥੋਂ ਪੈਣ ਡਿਆ ਇਹ ਸਪੇਸਮੈਨ ਸੁੱਟਣ ਡਿਆ ਉੱਤੇ ਲਾਈਟ ਆ ਚੱਲ ਪਿਆ ਆਪਣੇ ਆਪ ਆਹ ਲਾਈਟ ਜਗਾ ਦੋ ਭਾਜੀ ਇਹਨਾਂ ਨੂੰ ਦਿਖਾਉਂਦੇ ਆ ਲਾਈਟਿੰਗ ਵੇਖੋ ਕਿੱਦਾਂ ਹੋਣੀ ਫਿਰ ਇਹ ਆਹ ਚੈੱਕ ਕਰੋ ਆਹ ਵਧਾ ਵੀ ਸਕਦੇ ਆ ਘਟਾ ਵੀ ਸਕਦੇ ਆ ਤੇ ਭਾਈ ਮੇਰੇ ਪਿਛਲੇ ਰੰਗ ਵੀ ਦਿਖਾਓ ਇਹਦੇ ਅੱਛਾ ਦੁਨੀਆ ਦੇ ਰੰਗ ਆਹ ਦੇਖੋ ਦੁਨੀਆ ਦੇ ਰੰਗ ਦੇਖੋ ਪਿੱਛੋਂ ਵੀ ਰੰਗ ਹੈਗੇ ਆ ਚੈੱਕ ਕਰੋ ਰੰਗ ਬਿਰੰਗੀ ਦੁਨੀਆ ਮਤਲਬ ਆਪਾਂ ਇਫੈਕਟ ਦੇ ਸਕਦੇ ਆ ਗੇਮ ਦੇ ਹਿਸਾਬ ਨਾਲ ਰੂਮ ਨੂੰ ਕਿ ਪੂਰੀ ਫੀਲ ਲੈ ਸਕਦੇ ਤੁਸੀਂ ਪੂਰੀ ਫੀਲ ਲੈ ਸਕਦੇ ਆ ਫਿਰ ਆ ਕੈਮਰਾ ਲੱਗਾ ਪਲੇ ਸਟੇਸ਼ਨ ਦਾ ਰੀਜਨਲ ਇਹਦੇ ਵਿੱਚ ਭਾਈ ਗੇਮਿੰਗ ਲਾਈਵ ਕਰਦੇ ਆ ਇਹ ਪਲੇ ਸਟੇਸ਼ਨ ਦਾ ਕੈਮਰਾ ਵਾ ਆਹ ਬਹੁਤ ਸੋਹਣੀਆਂ ਲਾਈਟਾਂ ਇਹ ਲੈਪਟਾਪ ਨਾਰਮਲ ਉਹਦਾ ਰੱਖਿਆ ਥੋੜੇ ਬੋਤੇ ਕੰਮ ਪੈਨ ਡਰਾਈਵ ਤੋਂ ਟ੍ਰਾਂਸਫਰ ਕਰਨ ਵਾਸਤੇ ਬਾਕੀ ਤਾਂ ਗੇਮ ਚੱਲ ਗਈ ਆਹ ਦੇਖੋ ਲੂਥਰ ਫੋਟੋਗ੍ਰਾਫਰ ਹਾਏ ਹਾਏ ਮਸ਼ੀਨ ਕਰਦੀ ਉਹਦੀ ਇਹਦੇ ਉੱਤੇ ਆਹ ਵੀ ਲਾਇਆ ਵਾ ਥੋੜੇ ਕੋਈ ਤੰਗੀ ਨਾ ਆਵੇ ਸਟੀਅਰਿੰਗ ਘੁਮਾਉਣ ਲੱਗੇ ਡਬਲੂ ਵੀ ਲਾਇਆ ਵਾ ਕਿ ਸਟੀਅਰਿੰਗ ਘੁੰਮ ਜੇ ਵਧੀਆ ਥੱਲੇ ਕਲੱਚ ਬ੍ਰੇਕ ਰੇਸ ਤੇ ਪੈਰ ਰੱਖੋ ਬੇਟਾ ਗੇਮ ਆਪਣੀ ਚੱਲਣ ਲੱਗੀ ਬਸ ਆਹ ਮਾਈਕ ਲੱਗਾ ਆਪਣਾ ਇੱਧਰ ਭਾਈ ਮਾਈਕ ਤੇ ਤੁਸੀਂ ਪੂਰਾ ਸਿੰਗਰਾਂ ਨਾਲ ਰੱਖਿਆ ਆਹੋ ਇਹ ਮਾਈਕ ਦੀ ਵੱਡੀ ਗੱਲ ਵਾ ਇੱਥੋਂ ਰਿਕਾਰਡ ਕਰ ਲਿਆ ਕਰੋ ਕਹਿੰਦੇ ਗਾਣੇ ਗੁਣੇ ਨਾਲ ਹੈੱਡਫੋਨ ਆ ਹੈੱਡਫੋਨ ਲੋ ਵੀ ਹੁਣ ਮੈਂ ਪੂਰਾ ਇਸ ਟਾਈਮ ਗੇਮਿੰਗ ਕੰਸੋਲ ਪੁੱਠੇ ਲਾ ਲਿਆ ਮੇਰੇ ਸਾਹ ਨਾਲ ਹੈੱਡਫੋਨ ਭਾਈ ਨੇ ਪੁੱਠਾ ਲਾ ਲਿਆ ਪੁੱਠਾ ਹਨਾ ਮੈਨੂੰ ਲੱਗ ਰਿਹਾ ਸੀ ਰਾਈਟ ਲੈਫਟ ਨਾਲ ਲੈਫਟ ਹਾਂ ਫੀਲ ਨਹੀਂ ਆਈ ਹਾਂ ਲੋ ਸੁਣ ਰਿਹਾ ਤੈਨੂੰ ਹਾਂਜੀ ਤੁਸੀਂ ਹੈੱਡਫੋਨ ਲਾਇਆ ਕੀ ਫਾਇਦਾ ਜੇ ਬਾਹਰੋਂ ਸੁਣ ਰਿਹਾ ਤੈਨੂੰ ਗੰਡੇ ਕਾਲ ਤੇ
ਗਗਨ ਲਾਲੀ ਜੀ ਲਾਈਵ ਹੋ ਗਏ ਵੱਡੇ ਟੀਵੀ ਤੇ ਘਰੇ ਫੋਨ ਕਰਦੇ ਕਿ ਟੀਵੀ ਤੇ ਆਉਣ ਡਿਆ ਘਰੇ ਫੋਨ ਕਰਦੇ ਮੈਂ ਟੀਵੀ ਤੇ ਆਉਣ ਡਿਆ ਮੈਨੂੰ ਵੱਜਦਾ ਗਲੀ ਦੇ ਵਿੱਚ ਗੇੜਾ ਮੈਂ ਕਿਹਾ ਸਮੀਰ ਵੀਰ ਕਿੱਥੋਂ ਬਾਲਿਆ ਸਮੀਰ ਵੀਰ ਪੈਸੇ ਇਕੱਠੇ ਕਰਕੇ ਮੈਂ ਜੋੜ ਲਿਆ ਟਰਾਲੀ ਨੂੰ ਮਿਊਜ਼ਿਕ ਵੀ ਆਪ ਹੀ ਕਰ ਦਿੰਦਾ ਟੰਡਾ ਨਾ 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 ਟੰਡਾ ਨਾ 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 ਕਿਤੇ ਵੱਜਦਾ ਸਬੱਬ ਨਾਲ ਗੇੜਾ ਭਾਈ ਰਸਤਾ ਤਾਂ ਲਾ ਲੱਗੇ ਇਧਰ ਜਾਣਾ ਤੇਜ਼ ਚਲਾ ਉਹ ਤੇਜ਼ ਹੀ ਟਾਈਮ ਜਾ ਭਰਾ ਪਲਟਾ ਦੂ ਉੱਥੇ ਮੁੜ ਕੇ ਫਿਰ ਰਸਤਾ ਤੁਸੀਂ ਇਹਦੀ ਕਹਿਣਾ ਨਹੀਂ ਮੰਨਣਾ ਇੱਕੋ ਚੱਲਣਾ ਹੀ ਨਹੀਂ ਆ ਇਹਨੇ ਬਹੁਤ ਲੇਟ ਕਰਾ ਦੇਣਾ ਜੇ ਰਸਤਾ ਜਾਣ ਤੁਸੀਂ ਇੱਥੇ ਲੋਹ ਤੇ ਜਾਣਾ ਸਾਹ ਤੁਸੀਂ ਨਾ ਦੇਖੋ ਐਹੋ ਯਾਰ ਭਾਈ ਜਵਾਕੜਾ ਯਾਰ ਆਪਾਂ ਤੇਜ਼ ਵੀ ਲੈ ਕੇ ਚੱਲ ਜਾਈਦਾ ਹੁੰਦਾ ਇਹ ਵੀ ਠੀਕ ਹੈ ਬਿਠੀ ਇਹਨਾਂ ਨੂੰ ਕੀ ਪਤਾ ਪਰ ਇੱਥੇ ਆ ਕੇ ਤੂੰ ਪੰਡ ਕਹਿੰਦਾ ਤੇ ਸਿੱਧਾ ਨਹੀਂ ਹੋਣਾ ਮੁੜ ਕੇ ਨਾ ਰੋੜ ਹੀ ਆ ਸਾਰੇ ਪੈਰਾਂ ਦੀ ਵਾਕ ਢਾਲਾ ਵੀਰ ਪੈਰਾਂ ਦੀ ਵਾਕ ਢਾਲਾ ਲੈ ਚੜ ਗਿਆ ਭਾਈ ਚੜ ਗਿਆ ਸ਼ਾਬਾਸ਼ ਮਹੀਂ ਚੜਿਆ ਕਿਤੇ ਜਾ ਕੇ ਐ ਉਹ ਥੱਲੇ ਸੁੱਟ ਲੱਗਾ ਦੇ ਉਹ ਤੇ ਲੈ ਗਿਆ ਵੀਰ ਆ ਨਹੀਂ ਕੀਤਾ ਛੇ ਮਹੀਨੇ ਬਾਅਦ ਚੜਿਆ new objective divorced all oh discovered deposited ho ja bhrava main ke finance kithe kiti ya deposited divorced divorced oh lali sahab ek minute de dekhda den chada div div padh ke te pichho d padh liya divorced theek theek ਟਰਾਲਾ ਬੜੀ ਹੌਲੀ ਚੋਰਨ ਦੇ ਭਾਜੀ ਕੋਈ ਗੇਅਰ ਟਰਾਲੇ ਤੁਹਾਨੂੰ ਪਤਾ ਹੋਵੇ ਸਕੂਟਰੀਆਂ ਚਲਾਉਣ ਵਾਲਿਆਂ ਨੂੰ ਤਾਂ ਫੇਰ ਹੀ ਆ ਟਰਾਲੇ ਹੌਲੀ ਚੱਲਦੇ ਆ ਭਾਜੀ ਆਫਰੋਡਿੰਗ ਤੇ ਵੱਡੀਆਂ ਚੀਜ਼ਾਂ ਹੈਵੀ ਡਿਊਟੀ ਆ ਲੈਣੀਆਂ 4x4 ਡਿਫਰੈਂਸ਼ੀਅਲ ਲੋਕ ਬੱਚਿਆਂ ਚੱਲਦੀਆਂ ਦੱਸਦੇ ਤੁਸੀਂ ਜਵਾਕਾਂ ਨੂੰ ਹਾਂ ਮੈਨੂੰ ਬੱਚਾ ਦੱਸੀ ਜਾਂਦਾ ਯਾਰ ਹਾਏ ਹੋਰ ਤੂੰ ਦਾਦਾ ਬਣ ਗਿਆ ਕਿਤੇ ਹੱਦ ਹੋ ਗਈ ਯਾਰ ਤੈਨੂੰ ਨਹੀਂ ਹੁਣ ਤੱਕ ਚਲਾਉਣੀ ਯਾਰ ਗੱਡੀ ਸਾਈਕਲ ਭਾਜੀ ਇਸ ਕੁਰਸੀ ਤੇ 5 ਮਿੰਟ ਨਹੀਂ ਸਾਹ ਉਹਨਾਂ ਕੋ ਬੈਠ ਹੋਇਆ ਸਭ ਭਾਜੀ ਮੈਂ ਭਾਈ ਕੰਫਰਟੇਬਲ ਨਹੀਂ ਆ ਉੱਥੇ ਦੇਖਿਆ ਕੰਫਰਟੇਬਲ ਨਹੀਂ ਮੋਟਰਸਾਈਕਲ ਚਲਾ ਕੇ ਆਟੋ ਚ ਵੱਜ ਜਾਂਦਾ ਏ ਠੀਕ ਆ ਭਾਈ ਉਹ ਕੁਦਰਤ ਹੁੰਦੀ ਆ ਕਿਸਮਤ ਮਾੜੀ ਹੁੰਦੀ ਆ ਉਦੋਂ ਵਾਹ 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 ਚਲੋ ਭਾਈ ਨਹੀਂ ਮੇਰਾ ਪਤਾ ਲਿਆ ਮੇਰਾ ਐਕਸੀਡੈਂਟ ਹੋਇਆ ਸੀ ਯਾਰ ਕਦੋਂ ਹੋਇਆ ਮੇਰੀ ਭਾਈ ਛਾਤੀ ਪਾੜ ਦੇ ਲੱਗਾ ਸੀ ਉਹ ਅੱਛਾ ਕਦੋਂ ਦੀ ਗੱਲ ਹੈ ਯਾਰ ਇਹ ਭਾਈ 2 ਹਫ਼ਤੇ ਹੋ ਗਏ ਮੈਂ ਅਜੇ ਵੀ ਇੰਜਨ ਹੀ ਆ ਥੋੜਾ ਜਿਹਾ ਓਹੋ ਮਾਫੀ ਚਾਹੁੰਦਾ ਬੱਬਾ ਉਹ ਅੱਗੋਂ ਰਸਤਾ ਚੱਲ ਠੀਕ ਆ ਪਰ ਨਹੀਂ ਭਾਈ ਜੱਟ ਪੁੱਠਿਆ ਗਾ ਮਾਦਾ ਸ਼ੌਂਕੀ ਹੈ ਨਹੀਂ ਨਹੀਂ ਠੀਕ ਆ ਬਣਦਾ ਰਸਤਾ ਹਵਾ ਘਣਾ ਰਾਹ ਆ ਰਾਹ ਆ ਕਿਹੜਾ ਉਹ ਇੱਥੇ ਤੇ ਮੇਰਾ ਸਾਈਕਲ ਵੀ ਚੜ ਜਾਣਾ ਸੀ ਕਿੱਥੇ ਇੱਥੇ ਚੱਲ ਠੀਕ ਆ ਭਰਾਵਾ ਗੱਪੀ ਆ ਉਹ ਭਰਾ ਸਿੱਧੀ ਸੜਕ ਤੇ ਆਟੋ ਜੋ ਵੱਜਣ ਵਾਲਿਆ ਓਏ ਯਾਰ ਭਾਬੀ ਦਾ ਫੋਨ ਆਉਂਦਿਆ ਵਿੱਚ ਆਉਂਦਿਆ ਗੱਲ ਕਰਾ ਦੇ ਫਿਰ ਲੋ ਵੀ ਹੁਣ ਆਪਾਂ ਗੇਮ ਖੇਡ ਲੱਗੇ ਨੀਡ ਫੋਰ ਸਪੀਡ ਉਹ ਇਹ ਹੈਗੀ ਸੀ ਥੋੜੀ ਸਲੋ ਗੇਮ ਹੁਣ ਆਪਾਂ ਖੇਡ ਲੱਗੇ ਫਾਸਟ ਫਿਊਰੀਅਸ ਵਾਲੀ ਠੀਕ ਆ ਹੂ ਯੋ ਗਾਲੀ ਠੀਕ ਹੈ ਉਹ ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਆ ਗਿਆ ਸੀ ਸਾਬੀ ਦੀ ਭਾਬੀ ਦਾ ਫੋਨ ਠੀਕ ਹੈ ਅਤੇ ਉਹ ਫਿਰ ਜ਼ਰੂਰੀ ਹੋ ਜਾਂਦਾ ਥੋੜ੍ਹਾ ਦਿੱਕਤ ਹੋ ਜਾਂਦੀ ਹੈ ਨਾ ਵੀ ਬਾਤ ਕਰਨੀ ਪੜਦੀ ਹੈ ਅਸੀਂ ਅਗਰ ਨਹੀਂ ਬਾਤ ਨਾ ਹੀ ਬਾਤ ਕੀ ਤਾਂ ਫਿਰ ਪਿਆਰ ਪਿਆਰ ਪਿਆਸਾ ਹੈ ਨਾ ਭਾਜੀ ਬਿਲਕੁਲ ਠੀਕ ਭਾਈ ਪਿਆਰ ਜ਼ਿਆਦਾ ਹੋਵੇ ਤਾਂ ਫਿਰ ਬਾਤ ਕਰਨੀ ਪੜਦੀ ਹੈ ਤੁਹਾਨੂੰ ਇਸ ਬਾਰੇ ਜ਼ਿਆਦਾ ਪਤਾ ਭਾਜੀ ਹੈ ਨਾ ਤੁਹਾਨੂੰ ਘੱਟ ਪਤਾ ਤੁਹਾਡੇ ਦੋਵਾਂ ਦਾ ਥੋੜ੍ਹਾ ਸੀਨੀਅਰ ਹੈ ਮੈਂ ਬਿਲਕੁਲ ਠੀਕ ਹੈ ਅਤੇ ਇਸ ਕਰਕੇ ਮੈਨੂੰ ਬਾਤ ਕਰਨੀ ਪੜਦੀ ਹੈ ਫਿਰ ਗੱਲ ਕਰ ਲਈ ਆਪਾਂ ਸਾਬੀ ਦੀ ਭਾਬੀ ਦੇ ਨਾਲ ਆ ਦੇਖਿਆ ਉਹਨੇ ਵੀ ਕਹਿਤਾ ਓਕੇ ਹੁਣ ਆਪਾਂ ਤੁਹਾਨੂੰ ਨੀਡ ਫੋਰ ਸਪੀਡ ਖੇਡਦੇ ਦਿਖਾਉਂਦੇ ਹਾਂ ਉਹ ਲੱਗ ਜਾਂਦਾ ਲੋ ਵੀ ਭਾਜੀ ਹੁਣ ਆਪਾਂ ਟੀਵੀ ਦੀ ਆਵਾਜ਼ ਕਰਤੀ ਹੈ ਕਿਉਂਕਿ ਮੈਂ ਤੁਹਾਨੂੰ ਸਾਊਂਡ ਹੀ ਨਹੀਂ ਸੁਣਨ ਦੀ ਸੀ ਉਦੋਂ ਦੀ ਲੋ ਵੀ ਹੁਣ ਆਪਾਂ ਚਲਾਉਣਗੇ ਨੀਡ ਫੋਰ ਸਪੀਡ ਆਹ ਦੇਖ ਤੁਹਾਨੂੰ ਮੈਂ ਦਿਖਾਉਂਦਾ ਹਾਂ
ਫੁੱਟਪਾਥ ਵੀ ਦੌੜਤਾ ਜੀ ਚਲਾ ਲੋ ਮਸਟੈਂਗ ਚਲਾ ਲੋ ਮਸਟੈਂਗ ਥੱਲੇ ਲੈ ਲਾਈ ਨੀ ਨਹੀਂ ਨਹੀਂ ਦੁਬਈ ਆ ਗੱਡੀ ਬਾਈ ਨਵੇਂ ਮਾਡਲ ਦੋ ਕੋਈ ਪੁਰਾਣਾ ਮਾਡਲ ਹੈ ਬੋਲ ਨਹੀਂ 187 ਡਰ ਗਿਆ ਪਹਿਲੇ ਬ੍ਰੇਕ ਮਾਰ ਲਈ ਉਹਨੇ ਬ੍ਰੇਕ ਭਾਈ ਡਰਾਈਵਰੀ ਹੁੰਦੀ ਹੈ ਕੰਧ ਨਹੀਂ ਮਾਰੀ ਮੇਰੇ ਭਾਈ ਸਪੀਡ 'ਚ ਮੋੜੇ ਉਹ ਡਰਾਈਵਰੀ ਹੁੰਦੀ ਹੈ ਆਹ ਤੇ ਮੋੜ ਹੀ ਵੱਡਾ ਹੈਗਾ ਇੱਧਰ ਪਾ ਜਹਾਜ਼ ਵਾਲੇ ਪਾਸੇ ਆ ਲੈ 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 ਛਿੱਲੀ ਗਈ ਗੱਡੀ ਛਿੱਲੀ ਗਈ ਗੱਡੀ ਆ ਗੱਡੀ ਲੈ ਨਵੀਂ ਲੈ ਆ ਵਾਲੇ ਰਿਮੋਟ ਤੋਂ ਵੀ ਗੇਮ ਚੱਲ ਜਾਂਦੀ ਹੈ ਦੇਖੇ ਆ ਕੀ ਕੀਤਾ ਮੈਂ ਕੋਈ ਕੀਤਾ ਵੀ ਨੀ ਚਲਾ ਚਲਾ ਚੱਲ ਰੇਸ ਛੱਡ ਭਰਾਵਾ ਯਾਰ ਹੋਰ ਨੀ ਵੱਜਦਾ ਵਾ ਇਹਦਾ ਫੋਨ ਆ ਗਿਆ ਓਏ ਫੋਨ ਨਹੀਂ ਚੱਕਦਾ ਤੂੰ ਉਹ ਪਤਾ ਨਹੀਂ ਲੱਗਾ ਸਾਲਾ ਸਾਇਲੈਂਟ ਤੇ ਹੀਗਾ ਕੀ ਹਾਲਾ ਸਾਇਲੈਂਟ ਦੇ ਤੇ ਫੋਨ ਤੇ ਚੱਕ ਸਕਦਾ ਸੀ ਨਾ ਫਿਰ ਤੂੰ ਹੈ ਫੋਨ ਕੋ ਨਹੀਂ ਚੱਕਿਆ ਤੂੰ ਪਤਾ ਨਹੀਂ ਲੱਗਾ ਸਾਇਲੈਂਟ ਤੇ ਮੈਂ ਮੜਾ ਇੱਧਰ ਆਇਆ ਦਿਆਲਪੁਰ ਵਾਲ ਮੁੰਡਿਆਂ ਕੋਲ ਹੋ ਗਿਆ ਵਾ ਯਾਰ ਬਸ ਯਾਰ ਬਸ ਫੋਨ ਹੋਰ ਨਹੀਂ ਕਰਦਾ ਯਾਰ ਬਸ ਗੇਮ ਖੇਡਣ ਤੋਂ ਬਾਅਦ ਥੋੜ੍ਹਾ ਜਿਹਾ ਖਾਣ ਪੀਣ ਨੂੰ ਆ ਗਿਆ ਮੈਗਡੀ ਤੋਂ ਭਾਈ ਨੇ ਸਾਡੇ ਲਈ ਸਪੈਸ਼ਲ ਬਹੁਤ ਸੇਵਾ ਕਰਨ ਡੇ ਨਹੀਂ ਭਾਈ ਤੁਹਾਡਾ ਕਿੱਥੇ ਹੈ ਮੇਰਾ ਵੀ ਪਿਆ ਠੀਕ ਯਾਰ ਮੈਂ ਰੋਟੀ ਬਹੁਤ ਲੇਟ ਖਾਧੀ ਲੋ ਥੈਂਕ ਯੂ ਭਾਈ ਇੰਨੀ ਸੇਵਾ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਯਾਰ ਕੋਲਡ ਕਾਫੀ ਦੀ ਬਹੁਤ ਸਿਰਾ ਹੁੰਦੀ ਹੈ ਤੋਂ ਮੈਕਡੀ ਦੀ ਹਾਂ ਇਹ ਤੋਂ ਉੱਪਰ ਕੋਲਡ ਕਾਫੀ ਨਹੀਂ ਮੈਂ ਪੀਤੀ ਭਾਵੇਂ ਤੂੰ ਸਟਾਰਬਕ ਪੀ ਲਾ ਭਾਵੇਂ ਜਿੱਥੇ ਮਰਜ਼ੀ ਪੀ ਲਾ ਆਹੋ ਸਟਾਰਬਕ ਨਹੀਂ ਆ ਇਹ ਬਹੁਤ ਸਿਰਾ ਯਾਰ ਕੋਲਡ ਕਾਫੀ ਸਟਾਰਬਕ ਤੇ ਸ਼ੋਸ਼ਾ ਹੀ ਆ ਓਏ ਉਹ ਨਕੰਮੀ ਕਾਫੀ ਟੀਮ ਆਰਡਰ ਵੀ ਨਕੰਮੀ ਹੈ ਨਾ ਉਹ ਸ਼ੋਸ਼ਾ ਹੀ ਆ ਟੀਮ ਆਰਡਰ ਨਹੀਂ ਹੈ ਭਾਈ ਨਹੀਂ ਇਹ ਚੰਡੀਗੜ੍ਹ ਦਾ ਹੀ ਠੀਕ ਹੀ ਹੈ ਗੱਡੀ ਵੀ ਦਾ ਨਹੀਂ ਮਸਲਾ ਹੈ ਓਏ ਇਹ ਧਿਆਨ ਪੂਰਾ ਰੱਖਦੇ ਸਾਡੇ ਖਾਣ ਪੀਣ ਦਾ ਭਾਵੇਂ ਉੱਤੇ ਡਿੱਗਿਆ ਕਿਤੇ ਕੁਛ ਨਹੀਂ ਉਹ ਯਾਰ ਮੈਚ ਪਸਮਾ ਚੱਲਣ ਡਿਆ
ਜਿਹੜਾ ਸਾਹਮਣੇ ਵਿਕਟ ਦੇ ਕੋਲ ਕਲੋਜ਼ ਹੋਵੇ। ਸਿਮਰ ਗੇਮਿੰਗ ਵਰਸਸ ਸਾਬੀ ਸੰਦੀਪ ਸਾਬੀ ਲੱਲਰ ਸਾਬੀ ਲੱਲਰ ਸਿਮਰਪ੍ਰੀਤ ਸਿੰਘ ਸੰਧੂ ਵਰਸਸ ਸਾਬੀ ਲੱਲਰ ਮੈਚ ਫਸਮਾ ਲੱਗਾ ਹੋਇਆ ਵਾ ਤੇ ਸਾਬੀ ਨੇ ਰੋਂਦ ਪਹਿਲਾਂ ਹੀ ਪੁੱਟ ਲਈ ਹੈ ਕਿ ਕੈਮਰੇ ਚ ਹੁਣ ਇਹਨੇ ਸਮਝ ਨਹੀਂ ਜਦੋਂ ਹਾਰ ਜਾਂਦਾ ਫਿਰ ਸਮਝ ਲੱਗਣਾ ਟਾਈਮ ਦੀ ਕੌਣ ਦੇਖ ਲੈਨੇ ਤੇਰੇ ਛੱਕੇ ਆ ਦੇਖੀ ਹੁਣ ਔਰ ਲੀਜੀਏ ਯਹਾਂ ਪੇ ਇਸ ਸਮੇਂ ਧਵਨ ਯਹਾਂ ਪੇ ਮੌਜੂਦ ਹੈ ਬੱਲੇਬਾਜ਼ੀ ਕਰ ਰਿਹਾ ਅਗਲੀ ਗੇਂਦ ਧਵਨ ਨੇ ਉਠਾ ਕੇ ਖਿਲਾਇਆ ਓ ਕੈਚ 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 ਖੇਡਾ ਖਿਡਾਰੀ ਮੌਜੂਦ ਨਹੀਂ ਹੈ 4 ਰਨ ਕਈ ਬਾਦ ਗਿਆ ਔਰ ਇਹ ਧਵਨ ਤਾਂ ਦਾ ਬੋਲੇ ਕਰੋਂਡਿਆ ਆ ਬੋਲੇ ਗਿਰ ਗਿਆ ਬੋਲੇ ਗਿਰ ਬੈਟਿੰਗ ਲੱਲੀ ਹੈ ਚੈਕਿੰਗ ਕਰ ਲਈ ਭਾਈ ਔਰ ਯਹਾਂ ਪੇ ਧਵਨ ਸ਼ਿਖਰ ਧਵਨ ਮੌਜੂਦ ਅਗਲੀ ਗੇਂਦ ਦੇ ਕਪਤਾਨ ਯਹਾਂ ਪੇ ਪੰਜਾਬ ਕੇ ਆਈਪੀਐਲ ਪੰਜਾਬ ਦਾ ਕਪਤਾਨ ਯਹਾਂ ਪੇ ਗੇਂਦਬਾਜ਼ੀ ਕਰ ਰਹੇ ਮੁਹੰਮਦ ਸ਼ਮੀ ਇਸ ਸਮੇਂ ਗੁਜਰਾਤ ਟਾਈਟਨਸ ਕੇ ਖਿਡਾਰੀ ਹੈ ਅਗਲੀ ਗੇਂਦ ਔਰ ਇਹ ਪੁੱਸੀ ਸ਼ਮੀ ਹੱਕ ਗਏ ਸਾਬੀ ਲੱਲਰ ਹੱਕ ਗਏ ਸ਼ਮੀ ਥੱਕ ਨਹੀਂ ਗਏ ਸ਼ਮੀ ਹੱਕ ਗਏ ਔਰ ਲੀਜੀ ਅਗਲੀ ਗੇਂਦ ਧਵਨ ਇੱਕ ਵਾਰ ਫਿਰ ਸੇ ਉਡਾ ਗਏ ਸ਼ਾਟ ਯਹਾਂ ਪੇ ਹਾਰਦਿਕ ਪਾਂਡਿਆ ਭਾਗ ਰਹੇ ਪਿੱਛੇ ਗੇਂਦ ਦੇ ਚੌਕਾ 4 ਰਨ ਲਗਾਤਾਰ ਸੰਦੀਪ ਸਾਬੀ ਕੋ ਪੇਲਦੇ ਹੋਏ ਮੇਰੀ ਵਾਰੀ ਆਏਗੀ ਬੈਟਿੰਗ ਧਵਨ ਯਹਾਂ ਪੇ ਇਹੋ ਜੀ ਕਮੈਂਟਰੀ ਸੁਣਨ ਵਾਸਤੇ ਭਾਈ ਕਿਹੜਾ ਚੈਨਲ ਸਬਸਕ੍ਰਾਈਬ ਕਰਨਾ ਸਿਮਰ ਗੇਮਿੰਗ ਚੈਨਲ ਭਾਜੀ ਸਿਮਰ ਗੇਮਿੰਗ ਭਾਜੀ ਚੈਨਲ ਸਬਸਕ੍ਰਾਈਬ ਕਰਨਾ ਡਿਸਕ੍ਰਿਪਸ਼ਨ ਚ ਲਿੰਕ ਹੈ ਔਰ ਇਹ ਅਗਲੀ ਗੇਮ ਮੁਹੰਮਦ ਸ਼ਮੀ ਇਹ ਦੇਖੇ ਹੱਗ ਗਏ ਸ਼ਿਖਰ ਧਵਨ ਸਮਝ ਨਹੀਂ ਪਾਏ ਗੇਮ ਕੋ ਕਹਾਂ ਪੇ ਖੇਲਣਾ ਥਾ ਗੇਮ ਕੋ ਸ਼ਮੀ ਇਸ ਸਮੇਂ ਮਹਾਨ ਬੱਲੇਬਾਜ਼ ਮਹਾਨ ਗੇਂਦਬਾਜ਼ ਸ਼ਿਖਰ ਧਵਨ ਕੋ ਸੀਟ ਨਿਕਾਲ ਦਿਆ ਮਹਾਨ ਗੇਂਦਬਾਜ਼ ਸ਼ਮੀ ਇਹ ਵਾਈਡ ਗੇਂਦ ਵਾਈਡ ਨਹੀਂ ਅੰਪਾਇਰ ਦਾ ਇਸ਼ਾਰਾ ਵਾਈਡ ਗੇਂਦ ਕਰ ਰਿਹਾ ਨਹੀਂ ਸਰ ਵਾਈਡ ਨਹੀਂ ਹੈ ਅੰਪਾਇਰ ਦਾ ਇਸ਼ਾਰਾ ਵਾਈਡ ਗੇਂਦ ਕਰ ਰਿਹਾ ਤੇ ਜਲੂਸ ਨਿਕਾਲ ਦੇ ਮੁਹੰਮਦ ਸ਼ਮੀ ਦਾ ਟੀਮ ਇਸ ਸਮੇਂ ਮਾਹੌਲ ਬਣਾ ਦੇ ਕਿਸਮਤ ਦਿੱਤੀ ਸਾਡੀ ਉਹ ਜੀ ਹੈ ਨਾ ਯਾਰ ਕੱਲ ਰਾਤ ਮੰਦਾ ਉਹਨੂੰ ਛੱਡਣਗੇ ਰੀਟੇਕ 2 ਕੀਤਾ ਆਪਾਂ ਇਹ ਵਾਲਾ ਪਿੱਛੇ ਬੈਕਗ੍ਰਾਉਂਡ ਨਹੀਂ ਸਹੀ ਅੱਗੇ ਤੇ ਮੰਦਾ ਉਹਨੂੰ ਛੱਡਣਗੇ ਤੇ ਟਾਇਰ ਪੈਂਚਰ ਹੋ ਗਿਆ ਰਾਤੀ ਤੇ ਉਹ ਟਾਇਰ ਪੈਂਚਰ ਕਾਹਦਾ ਹੋਇਆ ਪਾੜ ਹੀ ਗਿਆ ਸੀਗਾ ਕਿੱਥੇ ਆ ਸ਼ੇਕ ਤੇ ਛੋਟਾ ਜਿਹਾ ਸੀ ਪਰ ਪੈਂਚਰ ਲਾਉਣ ਵਾਲਾ ਨਹੀਂ ਹੈਗਾ ਇਹਨੂੰ ਪਾਚ ਹੀ ਲੱਗਣਾ ਸੀ ਗਰਮ ਕਰਕੇ ਨਾ ਟਾਇਰ ਲਾ ਕੇ ਪਰ ਸਿਰਾ ਕਰਾਤਾ ਯਾਰ ਪਰ ਇਹ ਲੋਏ ਵੀ ਸਾਰਾ ਕਾਲਾ ਹੋ ਗਿਆ ਅੱਛਾ ਸੱਚ ਅੰਦਰਲਾ ਪਾਸਾ ਹੀ ਆ ਚਲ ਅੰਦਰਲਾ ਪਾਸਾ ਹੀ ਆ ਲੋਏ ਦੇ ਸੱਚ ਇੱਧਰ ਆ ਅੱਛਾ ਮੈਂ ਵੀ ਕਹਾਂ ਯਾਰ ਸਾਰਾ ਹੀ ਲੋਏ ਕਾਲਾ ਹੋ ਗਿਆ ਚਲ ਫਿਰ ਧੋਕੇ ਹੋ ਗਿਆ ਚਲੋ ਵੀ ਹੁਣ ਇਹਨੂੰ ਆਪਾਂ ਪਾਉਣਾ ਵਾ ਟਾਇਰ ਨੂੰ ਜੁਝਾਰ ਸਿੰਘ ਜੀ ਚੱਕ ਲਓ ਟਾਇਰ ਚੜ੍ਹਾਈਏ ਚੱਕਿਆ ਨਹੀਂ ਜਾਣਾ ਤਾਂ ਲੈ ਜਾ ਹੁਣ ਆਪਾਂ ਇੰਨੇ ਕੁ ਉਹ ਹੋ ਗਏ ਨਾ ਕੀ ਕਹਿੰਦੇ ਆ ਐਕਸਪੀਰੀਅੰਸਡ ਹੋ ਗਏ ਹਾਂ ਕਿ ਟਾਇਰ ਟੂਰ ਆ ਵੀ ਬਦਲ ਲਈਦੇ ਆ ਇੱਕ ਪਹਿਲਾਂ ਇੱਕ ਵਾਰੀ ਟਾਇਰ ਪੈਂਚਰ ਹੋਇਆ ਉਦਣ ਵੀ ਆ ਵੀ ਬਦਲਿਆ ਅੱਜ ਵੀ ਆਪਾਂ ਆ ਬਦਲਣਾ ਸਟੈਪ ਨਹੀਂ ਬਹੁਤ ਕੰਮ ਆਈ ਪਾਪਾ ਹੁਣ ਰੋਜ਼ ਗੱਡੀ ਲੈ ਕੇ ਜਾਂਦੇ ਆਪਾਂ ਕੋਲ ਤਾਂ ਹੁੰਦੀ ਨਹੀਂ ਹੈ ਅਤੇ ਫਿਰ ਪਾਪਾ ਨੇ ਅੱਜ ਸਟੈਪ ਨਹੀਂ ਦੇਈ ਕੰਮ ਸਾਰਿਆ ਸਟੈਪ ਨਹੀਂ ਵੇਖ ਲਓ ਕੰਮ ਸਾਰੀ ਜਾਂਦੀ ਹੈ ਵੀ ਸੰਦ ਸਾਧਨ ਕੱਢੀਏ ਜੋ ਸਾਨੂੰ ਸਰਕਾਰ ਵੱਲੋਂ ਦਿੱਤੇ ਗਏ ਆ ਸੱਚ ਕੰਪਨੀ ਵੱਲੋਂ ਦਿੱਤੇ ਗਏ ਆ ਸਰਕਾਰ ਵੈਸੇ ਤਾਂ ਸਰਕਾਰ ਵੱਲੋਂ ਹੀ ਹੋ ਗਏ ਯਾਰ ਸਰਕਾਰ ਨੇ ਵੀ ਕਿਹਾ ਹੋਣਾ ਵਾ ਕਿ 2000 ਰਾਹ 'ਚ ਲੋੜ ਪੈ ਸਕਦੀ ਜਿਹੜਾ ਚੈੱਕ ਲਾਈਏ ਪਹਿਲਾਂ ਪਹਿਲਾਂ ਨੱਟ ਢਿੱਲੇ ਕਰ ਲਈਏ ਫੇਰ ਕਰਦੇ ਹਾਂ ਪਹਿਲਾਂ ਨੱਟ ਢਿੱਲੇ ਕਰ ਲਈਏ ਟਾਇਰ ਵੀ ਬਦਲ ਲਈਦੇ ਗਾਣੇ ਵੀ ਗਾ ਲਈਦੇ ਗੇਮਿੰਗ ਵੀ ਕਰ ਲਈਦੀ ਵਲੋਗਿੰਗ ਵੀ ਕਰ ਲਈਦੀ ਸਾਰਾ ਕੁਛ ਵੀ ਕਰ ਲਈਦਾ ਪੱਠੇ ਵੀ ਪਾ ਲਈਦੇ ਗਾਈਆਂ ਵੀ ਸਾਂਭ ਲਈਦੀਆਂ ਹੁਣ ਆਪਾਂ ਡੇਅਰੀ ਬਿਜ਼ਨਸ ਕਰਨਾ ਪੰਜਾਬ ਰਹਿ ਕੇ ਨਾ ਆਪਾਂ ਡੇਅਰੀ ਬਿਜ਼ਨਸ ਕਰਨਾ ਜਿਹਦੇ ਵਿੱਚ ਆਪਾਂ 101% ਪਿਓਰ ਮਿਲਕ ਦਿਆ ਕਰਾਂਗੇ ਜਦੋਂ 4 ਪੈਸੇ ਆ ਗਏ 2-2.5 ਲੱਖ ਵਾਲੀਆਂ ਗਾਈਆਂ ਲੈਣੀਆਂ ਫਿਰ ਬਿਜ਼ਨਸ ਕਰਨਾ ਸੋਚਣ ਡਿਆ ਹੁਣ ਮੈਂ ਬਿਜ਼ਨਸ ਮਾਈਂਡਡ ਦੇ ਤੌਰ 'ਤੇ ਟਾਇਰ ਵਾਲਾ ਕੰਮ ਵੀ ਖੋਲ ਲਈਏ ਖੋਲਦਾ ਜਿਹਾ ਨਾ ਚਲੋ ਆਹ ਸਾਊਂਡ ਹੈ ਜਹਾਜ ਦਾ ਆਪਾਂ ਟਾਇਰ ਲੈਣ ਗਏ ਨਾ ਸਕੂਟਰੀ 'ਤੇ ਹਜ਼ਾਰਾਂ 'ਚ ਗਾਣਾ ਖੋਲ ਲਿਆ ਸਭ ਕੁਝ ਲੁਟਾ ਦੇਗੇ ਅਗਰ ਤੁਝੇ ਹੋ ਗਿਆ ਕੁਛ ਸਾਰੀ ਦੁਨੀਆ ਜਲਾ ਦੇਗੇ ਹਜ਼ਾਰ ਨੂੰ ਪਿਆਰ ਹੋ ਗਿਆ ਹਜ਼ਾਰ ਸਾਰੀ ਦੁਨੀਆ ਜਲਾਉਣ ਦੀ ਗੱਲ ਕਰਦਾ ਇੱਕ ਗਾਣਾ ਸੀਗਾ ਉਹ ਹੈਗਾ ਤੇ ਬੜਾ ਪੁਰਾਣਾ ਵੈਸੇ ਤੇ ਉਹ ਮੈਨੂੰ ਚੇਤਾ ਜਿਹਾ ਨਹੀਂ ਆਉਣ ਡਿਆ ਯਾਰ ਮੈਂ ਬੜੀ ਕੋਸ਼ਿਸ਼ ਕਰਨਾ ਉਹਨੂੰ ਚੇਤਾ ਕਰਨ ਦੀ ਕਿਹੜਾ ਗਾਣਾ ਤੇ ਉਹ ਪਤਾ ਨਹੀਂ ਪਿੰਡ ਦੇ ਮੁੰਡੇ ਨਾਲ ਦਾ ਚੇਤੇ ਹੋਣਾ ਤੈਨੂੰ ਪਿੰਡ ਨਾਲ ਦਾ ਏਦਾਂ ਕੁਛ ਯਾਰ ਮੇਰਾ ਫੇਵਰਟ ਗਾਣਾ ਹੈ ਯਾਰ ਉਹ ਮੈਨੂੰ ਚੇਤੇ ਨਹੀਂ ਆਉਂਦੇ ਮੈਂ ਬੜਾ ਕੋਸ਼ਿਸ਼ ਕਰਨਾ ਚੇਤੇ ਕਰਨ ਦੀ ਸਕੂਲ ਕਾਲਜ ਵੀ ਬੜਾ ਸੋਹਣਾ ਬਾਅਦ ਚ ਬੜਾ ਸੋਹਣਾ ਚੱਲ ਦੱਸਦੇ ਸੀ ਕਿੱਦਾਂ ਇਹ ਮੈਨੂੰ ਯਾਦ ਜਾਣੀ ਆਉਂਦਾ ਮੈਂ ਬੜੀ ਕੋਸ਼ਿਸ਼ ਕੀਤੀ ਯਾਦ ਕਰਨ ਦੀ ਸਤਾਰ ਤੇ ਹਾਲ ਲੈਣਾ ਹੁੰਦਾ ਮੈਂ ਪੂਰੇ ਸੋਰਾ ਚ ਗਾਉਂਦਾ ਹੁੰਦਾ ਫਿਰ ਚੱਲ ਮਾਰਿਆ ਤੇ ਚੇਤਾ ਕਰਾ ਦੇ ਫਿਰ ਮੈਂ ਆਪੇ ਗਾਉਣ ਦਾ ਦਿਲ ਕਰ ਆਉਣਾ ਲੈ
ਸੁਣਾ ਦੇ ਸਹੀ ਮਾੜਾ ਜਿਹਾ ਮੇਰੇ ਤੇ ਧਿਆਨ ਚ ਆਵੇ। ਇਹਦੇ ਵਿੱਚ ਨਾ ਮੈਂ ਸ਼ਹਿਰ ਵੀ ਬਦਲ ਲਿਆ ਸੀਗਾ, ਨਾਂ ਵੀ ਬਦਲ ਲਿਆ ਸੀਗਾ, ਰੂਟ ਵੀ ਬਦਲ ਲਿਆ ਸੀਗਾ, ਆਪ ਹੀ ਹੁੰਦਾ ਤੇ ਇਹਦੇ ਵਿੱਚ ਆਪਣੀ ਗੱਲ ਕਰਦਾ। ਮੈਂ ਆਪਣੇ ਤੇ ਲਾ ਕੇ ਲਿਖਿਆ ਕਰ ਲਿਆ ਸੀ ਸੈਟ ਇਹਨੂੰ ਆਪ ਹੀ। ਗਾਣਾ ਸ਼ੁਰੂ ਹੁੰਦਾ ਇਹਦਾ ਪਹਿਲਾ ਵੇਰਾ ਵਾ, ਗੇਟ ਤੇਰੇ ਦੀਆਂ ਕਲੀਆਂ, ਗੇਟ ਤੇਰੇ ਤੇ ਵੇਲ ਤੇ ਕਲੀਆਂ ਓਵੇਂ ਹੀ ਮਹਿਕਦੀਆਂ। ਮੁੰਡਾ ਟੈਲੈਂਟਡ ਜ਼ਿਆਦਾ ਹੋ ਗਿਆ ਓਏ, ਲੈ ਇਹਨੂੰ ਆਪਾਂ ਏਜੰਸੀ ਪਾ ਦੇਣੀ ਹੋਣੀ ਤੇ ਉੱਥੇ ਇਹ ਕੰਮ ਕਰਿਆ ਕਰੂਗਾ। ਮੈਂ ਤਾਂ ਸਾਬੀ ਬਹਿ ਜਾ ਕਰਾਂਗੇ, ਇਹ ਫਟਾਫਟ ਚੇਂਜ ਕਰ ਦਿਆ ਕਰੂਗਾ ਜਲਦੀ ਜਲਦੀ। ਰੇਸਰ ਨਹੀਂ ਹੁੰਦੇ ਫਟਾਫਟ ਗੱਡੀ ਆਈ ਚੱਲ ਵੀ ਪਿਸ 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 ਮਿੰਟੋ ਮਿੰਟ ਚਲੋ ਚਲੋ ਗਾਣਾ ਕੌਣ ਨਿਕਲਾ। ਮੋਟਰ ਵਾਲੇ ਖੇਤ ਤੇ ਚਿੜੀਆਂ ਓਵੇਂ ਹੀ ਚਹਿਕਦੀਆਂ, ਲੋਕਾਂ ਦੀ ਸਪੀਡ ਚ ਪਾਵੇ ਕਲਮ ਕੱਲਾ ਹਾਂ, ਹੱਥ ਤੇਰਾ ਕੀ ਛੁੱਟਿਆ। ਯਾਰ ਮਜ਼ਾ ਨਹੀਂ ਆਉਣ ਡਿਆ ਬਹਿ ਕੇ, ਬਹਿ ਕੇ ਨਹੀਂ ਮਜ਼ਾ ਆਉਣ ਡਿਆ। ਪਰ ਮੈਨੂੰ ਬੜਾ ਮਜ਼ਾ ਆਉਂਦਾ ਯਾਰ, ਮੈਂ ਸੋਚਣ ਡਿਆ ਸੀ ਇਹੀ ਗਾਣਾ ਬਹਿ ਕੇ ਜਿਹਦਾ ਤੈਨੂੰ ਮੈਂ ਸਿਖਾਇਆ ਸੀ ਉਦਾਂ ਕਰਨਾ। ਆਨਾ ਦੇਖ ਲੈ ਕਿੱਦਾਂ ਭਰ ਰਹੀ, ਚੇਤੇ ਹੀ ਹੋਣਾ ਮੁੰਡਾ ਨੀ ਕਨਾਲੇ ਪਿੰਡ ਦਾ ਨੀ, ਤੇਰੀਆਂ ਰੀਝਾਂ ਦੇ ਲਈ ਆਪਣੇ ਸੁਪਨੇ ਮਾਰੀਆਂ, ਉਹ ਰੰਗ ਦੀ ਚਿੱਟੀ ਤੇ ਵੀਰੇ। ਹੈਲੋ 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 ਦਾ ਦਾ, ਉਹ ਰੰਗ ਦੀ ਚਿੱਟੀ ਤੇ ਪਰ ਦਿਲ ਦੀ ਕਾਲੀ ਦਾ, ਮੈਂ ਚਸਕਾ ਪਾ ਲਿਆ ਸੀ ਮਿੰਨੀ ਬੱਸ ਵਾਲੀ ਦਾ, ਉਹ ਕਾਲਜ ਦੇ ਤੇਰੇ ਗੇਟ ਅੱਗੇ ਤੈਨੂੰ ਵੈਲਕਮ ਕਰਦਾ ਸੀ, ਕਿਉਂ ਭੁੱਲ ਗਈ ਤੂੰ ਚੇਤਾ ਸਾਡੀ ਇਸ਼ਕ ਗਰਾਰੀ ਦਾ, ਕੁਝ ਪੜ ਕੇ ਬਣਨ ਦੀ ਉਮਰ ਤੇਰੇ ਮੈਂ ਨਾਮੇ ਲਾ ਦਿੱਤੀ, ਨਾ ਲੜਸੀ ਘਰ ਹੋਈ ਨਾ ਹੀ ਪੱਲੇ ਪਿਆਰ ਪਿਆ, ਉਹ ਚੇਤੇ ਹੀ ਹੋਣਾ ਮੁੰਡਾ ਨੀ ਨਾਲ ਦੇ ਪਿੰਡ ਵਾਲਾ, ਜਾਂ ਦੇ ਲਈ ਆਪਣੇ ਸੁਪਨੇ ਮਾਰ ਗਿਆ। ਆਹੀ ਆਹੀ ਇਹਦਾ ਪੈਰਾ ਵਾ, ਕਹਿੰਦਾ ਰਿਸ਼ਤਾ ਸੀ ਬੜਾ ਗੂੜਾ ਜੋ ਮੈਂ ਦਿਲ ਤੋਂ ਗੰਢਿਆ ਸੀ, ਤੂੰ ਦੱਸਦੇ ਤੇਰੇ ਨਾਲ ਤਾਂ ਕੁਝ ਨਹੀਂ ਵੰਡਿਆ ਸੀ। ਫਿਰ ਅੱਗੋਂ ਬਹੁਤ ਵੱਡਾ ਸੁਰ ਲਾ ਦਿੰਦੇ ਭਾਜੀ, ਹਾਂ ਹਾਂ ਦਿੰਦੇ ਆ, ਉਹ ਨੀ ਹੋਣਾ ਸਾਡੇ ਕੋਲ, ਉਹ ਵਿੱਚ ਬਹੁਤ ਹਾਂ ਲੰਬੀ ਕਰ ਦਿੰਦੇ ਆ, ਛੋਟੇ ਜੀ ਸੁਣਾ ਦਿੰਦੇ ਆ। ਰਿਸ਼ਤਾ ਇੱਧਰ ਨੂੰ ਆਉਣਾ ਨਾ, ਤੇਰੇ ਕਨੇਡਾ ਦੇ ਲਈ ਕੀਲਾ ਨਹਿਰ ਵਾਲਾ ਅੜੀਏ, ਤੇਰੇ ਵੀਜ਼ੇ ਦੇ ਲਈ ਤੇਰੇ ਉੱਤੋਂ ਵਾਰ ਗਿਆ, ਹੋ ਸਕਦਾ ਨਾ ਭੁੱਲ ਜੇ ਪਰ ਚਿਹਰਾ ਯਾਦ ਰੱਖੀ, ਇੱਕ ਨਾਂ ਲਾਲੀ ਦਾ ਤੇ ਮਕਸੂਦਾ ਮੇਰਾ ਯਾਦ ਰੱਖੀ, ਸਾਨੀ ਲੈਂਦਾ ਸੀ ਬਿਨ ਤੇਰੇ ਸੋਚ ਕੇ ਦੇਖੀ ਨੀ, ਤੇਰੇ ਜਾਣ ਦੇ ਮਗਰੋਂ ਕਿੰਨੇ ਸਾਲ ਗੁਜ਼ਾਰ ਗਏ ਯਾਰ। ਕੀ ਗੱਲ, ਕੀ ਲਿਖਤਾ ਯਾਰ ਬੰਦੇ ਨੇ ਹਨਾ, ਸਹੀ ਗੱਲ ਹੀ ਪਹਿਲਾਂ ਹੀ ਹੁੰਦੇ ਹੀ ਆਹ ਵਾਲੇ ਗਾਣੇ ਐਂਡ ਐਂਡ ਵਾਲੇ, ਕਿੰਨੀ ਘੈਂਟ ਗੱਲ ਕੀਤੀ ਆ।
ओके हो गया ਮੰਦੀਆਂ ਯਾਰਾਂ ਨੂੰ ਗੱਡੀ ਗੁੱਡੀ ਪੈਂਚਰ ਹੋਏ ਫਿਰ ਡੱਡੀ ਮੈਨੂੰ ਨਾ ਫੋਨ ਕਰਿਓ ਤੈਨੂੰ ਏਜੰਸੀ ਪਾ ਦੇਣੀ ਹੋਣੀ ਟੈਨਸ਼ਨ ਕਿਉਂ ਲੈਣਾ ਤੂੰ ਮੈਂ ਹੋਣਾ ਤਾਰੇ ਤੇ ਦਿਲ ਕਹਿੰਦੀ ਅਕਸਰ ਟੁੱਟਦੇ ਰਹਿੰਦੇ ਨੇ ਤੂੰ ਪੁਲਾ ਕੋਈ ਧੜਕਣ ਬਣ ਕੇ ਦਿਲ ਚੋਂ ਲੰਘਿਆ ਸੀ ਆਹੀ ਦੇਖਣਾ ਹੈ ਮੈਂ ਤਾਂ ਹੀ ਨਹੀਂ ਬੋਲਿਆ ਕਿ ਮੈਂ ਦੇਖਣਾ ਤੈਨੂੰ ਯਾਦ ਆਏ ਕਿ ਨਹੀਂ ਯਾਦ ਤੇ ਤੈਨੂੰ ਮੈਂ ਕਰਾ ਦੇਣਾ ਵਾ ਯਾਦ ਹੀ ਯਾਦ ਹੈ ਤੈਨੂੰ ਓਏ ਇਹਨੂੰ ਹੁਣ ਉਹੀ ਗੱਲ ਆਉਂਦੀ ਬਾਰ ਬਾਰ ਤੈਨੂੰ ਕੱਲ ਵਾਲੀ ਯਾਦ ਯਾਦ ਆ ਉਹ ਤਾਂ ਪੁਰਾਣੀ ਹੋ ਗਈ ਤੈਨੂੰ ਕੱਲ ਵਾਲੀ ਯਾਦ ਯਾਦ ਕਿਹੜਾ ਮਹਿਕਮਾ ਓਏ ਮਹਿਕਮਾ ਬਸ ਇਹ ਮਹਿਕਮਾ ਵਾ ਇੱਕ ਇਹਨੂੰ ਹੁਣ ਤਾਂ ਦੱਸਣਾ ਕਿਹੜਾ ਇਹਨੂੰ ਦੱਸਣਾ ਕਿਹੜਾ ਵਾ ਇਹ ਬਸ ਇੱਕ ਮਹਿਕਮਾ ਵਾ ਚਲੋ ਚਲੋ ਡਰਾਈਵਰ ਗਾੜੀ ਸ਼ੈੱਡ ਨੀਚੇ ਪੈਕ ਕਰ ਦਿਓ ਹਾਂਜੀ ਤੇ ਬਾਬੇ ਵਲੋਗ ਦੀ ਕਰਦੇ ਫਿਰ ਆਪਾਂ ਇੱਥੇ ਐਂਡਿੰਗ ਵਲੋਗ ਵਧੀਆ ਲੱਗਾ ਹੋਏ ਤੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਬਸ ਅਗਲੇ ਵਲੋਗ 'ਚ ਮਿਲਦੇ ਹਾਂ ਛੇਤੀ ਕਮੈਂਟ ਕਰਕੇ ਦੱਸ ਦਿਓ ਆਹ ਵਲੋਗ ਕਿਵੇਂ ਦਾ ਲੱਗਾ ਸੋ ਮਿਲਦੇ ਹਾਂ ਬਸ ਨਵੇਂ ਵਲੋਗ 'ਚ ਬਾਏ ਬਾਏ ਟੇਕ ਕੇਅਰ